ਪ੍ਰੇਰ ਕੇ ਕਿਤੇ ਲੈ ਜਾਂਦਾ ਸੰਗਤ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ, ਅਤੇ ਜਿੱਥੇ ਅਲਾਹੀ ਕੀਰਤਨ ਹੋ ਰਿਹਾ ਉੱਥੇ ਲੈ ਜਾਂਦਾ। ਇਵੇਂ ਹੀ ਸੱਚੇ ਪਾਤਸ਼ਾਹ ਨੇ ਦਾਸ ਨੂੰ ਇੱਕ ਸਿੱਖ ਦਾ ਮੇਲ ਕਰਾਇਆ, ਜਿਹਦਾ ਨਾਮ ਗੁਰਚਰਨ ਸਿੰਘ ਸੀ। ਆਪਾਂ ਕਲਾਸ ਫੈਲੋ ਸੀ ਦੋਵੇਂ, ਅਤੇ ਦੋਵੇਂ ਕਲਾਸ ਫੈਲੋ ਹੋਣ ਕਰਕੇ ਉਹਨੇ ਮੈਨੂੰ ਗੁਰਮਤਿ ਦੀ ਕਥਾ ਕਹਾਣੀ ਸੁਣਾਈ, ਭਾਈ ਸਾਹਿਬ ਦੀਆਂ ਗੱਲਾਂ ਸੁਣਾਈਆਂ, ਅਤੇ ਫਿਰ ਮੈਨੂੰ ਸਵੇਰੇ ਉਠਾ ਕੇ ਨਿਤਨੇਮ ਕਰਨਾ ਸਿਖਾਇਆ। 3 ਵਜੇ ਆਪਾਂ ਇਕੱਠਿਆਂ ਨੇ ਉੱਠਣਾ, ਨਿਤਨੇਮ ਕਰਨਾ, ਫਿਰ ਸ਼ਾਮ ਨੂੰ ਸੋਦਰ ਦਾ ਪਾਠ ਕਰਨਾ। ਫਿਰ ਮੈਸ ਵਿੱਚ ਆਪਾਂ ਰਹਿੰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਉਤਸਵ ਆਇਆ ਅਤੇ ਮੈਨੂੰ ਕਹਿਣ ਲੱਗਾ ਚਲੋ ਤੁਹਾਨੂੰ ਨਾਰੰਗਵਾਲ ਲੈ ਚੱਲੀਏ, ਉੱਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਨਾ ਕੀਰਤਨ ਕਰਨਾ। ਅਤੇ ਮੈਂ ਕਿਹੜਾ ਭਾਈ ਸਾਹਿਬ ਨੂੰ ਜਾਣਦਾ ਸੀ ਕਦੇ, ਪਰ ਉਸ ਸਿੱਖ ਦੀ ਸੰਗਤ ਨੇ ਮੈਨੂੰ ਫਿਰ ਉਸ ਸੰਗਤ ਵਿੱਚ ਲੈ ਗਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ, ਜਿਹੜੀ ਕਿ ਬੜੇ ਰੰਗੇ ਹੋਏ ਗੁਰੂ ਕੇ ਪਿਆਰਿਆਂ ਦੀ ਸੰਗਤ ਸੀ, ਜਿੱਥੇ ਭਾਈ ਸਾਹਿਬ ਨੇ ਕੀਰਤਨ ਸ਼ੁਰੂ ਕੀਤਾ ਸੀ, ਹਰ ਸਿਮਰੀ ਦਿਨ ਸਭ ਰਹਿਣ। ਅਤੇ ਜਦੋਂ ਉਹਨਾਂ ਨੇ ਇਹ ਕੀਰਤਨ ਕਰਦਿਆਂ ਕਰਦਿਆਂ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ, ਐਸੀ ਉੱਚੀ ਸੁਰ ਵਿੱਚ ਪੰਚਮ ਵਿੱਚ ਜਾ ਕੇ ਗਾਵਿਆ ਅਤੇ ਮੇਰੇ ਅੰਦਰ ਜਿਵੇਂ ਧੂਹ ਪੈ ਗਈ ਕਿ ਐ ਮਨਾ ਤੂੰ ਵਿਛੜਿਆ ਹੋਇਆ। ਅਜੇ ਬਚਪਨ ਸੀ, 17-18 ਸਾਲ ਦੀ ਉਮਰ ਸੀ ਮੇਰੀ, ਪਰ ਉਹਨਾਂ ਦੇ ਕੀਰਤਨ ਨੇ, ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨ ਹਾਂ, ਉਹ ਕੀਰਤਨ ਦਾ ਐਸੀ ਖਿੱਚ ਉਹਨਾਂ ਨੇ ਪਾਈ ਕਿ 12 ਘੰਟੇ ਉਸ ਕੀਰਤਨ 'ਚ ਸਾਰੀ ਰਾਤ ਬੈਠੇ ਰਹੇ। ਸਵੇਰ ਨੂੰ ਉਹਨਾਂ ਦੇ ਘਰ ਗਏ ਅਤੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ, 2-3 ਵਜੇ ਤੱਕ ਡਿੱਗਿਆ ਰਿਹਾ, ਨਾਲ ਬੁਖਾਰ ਹੋ ਗਿਆ ਮੈਨੂੰ। ਪਰ ਉਹ ਕੀਰਤਨ ਦਾ ਮੈਂ ਦੱਸ ਨਹੀਂ ਸਕਦਾ ਕਿ ਉਹ ਕੀ ਸੀ ਅਤੇ ਉਹ ਕਿੱਥੇ ਲੈ ਗਿਆ ਮੈਨੂੰ। ਫਿਰ ਉਹਨਾਂ ਦੇ ਬਾਅਦ ਉਹਨਾਂ ਨੇ 2-2.5 ਘੰਟੇ ਕੀਰਤਨ ਤੋਂ ਬਾਅਦ ਬੀਬੀਆਂ ਨੇ ਕੀਰਤਨ ਕੀਤਾ, ਫਿਰ ਸਿੰਘਾਂ ਨੇ ਹੋਰ ਕੀਤਾ। ਪਤਾ ਨਹੀਂ ਲੱਗਾ ਰਾਤ ਕਿਵੇਂ ਲੰਘ ਗਈ, ਪਰ ਉਹ ਬੜੀ ਰਸ ਵਾਲੀ ਰਾਤ ਸੀ। ਇਹ ਸੂਖ ਬਿਹਾਨੀ ਰਾਤੇ ਵਾਲੀ ਗੱਲ ਹੋਈ, ਨਾ ਮੈਂ ਕਦੇ ਜਾਗਿਆ ਸੀ, ਨਾ ਮੈਂ ਕਦੇ ਬਾਣੀ ਪੜ੍ਹੀ ਸੀ, ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਸੀ। ਤੋ ਸੰਗਤ ਨੇ ਮੈਨੂੰ ਖਿੱਚ ਪਾ ਦਿੱਤੀ, ਅੰਦਰ ਵੈਰਾਗ ਜਿਹਾ ਪੈਦਾ ਕਰ ਦਿੱਤਾ, ਅਤੇ ਫਿਰ ਮੈਨੂੰ 5 ਪਿਆਰਿਆਂ ਦੇ ਸੱਚੇ ਪਾਤਸ਼ਾਹ ਨੇ ਸਨਮੁੱਖ ਲਿਆਂਦਾ ਅਤੇ ਮੈਂ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਵੇਂ ਮੈਂ ਪਹਿਲਾਂ ਅੰਮ੍ਰਿਤ ਛਕਿਆ ਸੀ, ਪਰ ਮੈਨੂੰ ਪਤਾ ਹੀ ਕੁਛ ਨਹੀਂ ਸੀ। ਰਾਤ ਪੈਦਾ ਨਾ ਕਿਰਪਾਨ ਪਾਈ ਸੀ, ਜਪਜੀ ਸਾਹਿਬ ਦਾ ਰਹਿਰਾਸ ਦਾ ਕੀਰਤਨ ਸੋਹਲੇ ਦਾ ਪਾਠ ਕਰਦਾ ਸੀ ਮੈਂ ਸਿਰਫ। ਉਸ ਸੰਗਤ ਨੇ ਫਿਰ ਮੈਨੂੰ ਕੀਰਤਨ ਦਾ ਇੱਕ ਕਿਸਮ ਦਾ ਭੋਰਾ ਜਿਹਾ ਬਣਾ ਦਿੱਤਾ ਅਤੇ ਮੈਂ ਹਰ ਸਮਾਗਮ ਜਿੱਥੇ ਵੀ ਹੁੰਦਾ, ਲੁਧਿਆਣੇ, ਜਲੰਧਰ, ਅੰਮ੍ਰਿਤਸਰ, ਉੱਥੇ ਫਿਰ ਪੁੱਜਣਾ, ਬੜੇ ਚਾਅ ਨਾਲ ਜਾਣਾ ਅਤੇ
ਕੀਰਤਨ ਸੁਣ ਕੇ ਅੱਠ ਅੱਠ ਨੌ ਨੌ ਦਸ ਦਸ ਦਿਨ ਇੱਦਾਂ ਨਸ਼ਾ ਜਿਹਾ ਚੜ੍ਹਿਆ ਰਹਿਣਾ ਕਿ ਬਸ ਝੂਮ ਝੂਮ ਕੇ ਵਾਹਿਗੁਰੂ 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 ਕਰਨ ਨੂੰ ਜੀ ਕਰਨਾ। ਖੈਰ ਉਹ ਇੱਕ ਕਿਸਮ ਦਾ ਅੰਦਰ ਕਿਸੇ ਨੇ ਟੁੰਬ ਦਿੱਤਾ ਆਪਣੀ ਕਮਾਈ ਕਰਕੇ। ਕਮਾਈ ਉਹਨਾਂ ਦੀ ਸੀ ਪਰ ਮੇਰੇ ਕਰਮ ਪੁਰਬਲੇ ਕੁਝ ਜਗਾ ਦਿੱਤੇ ਉਹਨਾਂ ਨੇ ਗੁਰਮੁਖਾਂ ਨੇ, ਉਹਨਾਂ ਦੇ ਦਰਸ਼ਨ ਕਰਕੇ ਸੰਗਤ ਵਿੱਚ ਬੈਠਿਆਂ ਨੂੰ ਵੇਖ ਕੇ ਚਾਅ ਚੜ੍ਹ ਜਾਂਦਾ ਸੀ ਕਿ ਕਿਸ ਤਰ੍ਹਾਂ ਦੇ ਨੇ ਇਹ, ਕੀ ਕਰਦੇ ਨੇ, ਉਹਨਾਂ ਦੇ ਚਿਹਰੇ ਦਗ ਦਗ ਕਰਦੇ। ਕੋਈ ਨਿਹੰਗ ਸਿੰਘ ਬੈਠੇ ਹੁੰਦੇ ਸੀ, ਕੋਈ ਕਿਤੇ ਖੜ੍ਹਾ ਹੁੰਦਾ ਸੀ, ਜਿੱਦਾਂ ਸ਼ਹਿਦ ਦੀਆਂ ਮੱਖੀਆਂ ਜੁੜ ਕੇ ਬਹਿ ਜਾਂਦੀਆਂ ਨੇ, ਇੱਦਾਂ ਬੈਠੇ ਹੁੰਦੇ ਸੀ ਕੀਰਤਨ 'ਚ। ਕੋਈ ਹਿਲਦਾ ਹੀ ਨਹੀਂ ਸੀ, ਨਾ ਕਿਤੇ ਜਾਂਦਾ ਸੀ ਅਤੇ ਨਾ ਕੋਈ ਕੋਈ ਮੰਗ ਕਰਦਾ ਸੀ ਵੀ ਮੈਂ ਕੀਰਤਨ ਕਰਨਾ। ਸਹਿ ਸੁਭਾਅ ਜਿਹਨੂੰ ਕੀਰਤਨ ਦਾ ਟਾਈਮ ਮਿਲਦਾ ਉਹ ਕੀਰਤਨ ਕਰਨ ਲੱਗ ਪੈਂਦਾ। ਉਸ ਕੀਰਤਨ ਤੋਂ ਬਾਅਦ ਫਿਰ ਕੁਦਰਤੀ ਸੀ ਮੇਰੇ ਅੰਦਰ ਵੀ ਚਾਅ ਪੈਦਾ ਹੋਇਆ ਕਿ ਮੈਂ ਵੀ ਕੀਰਤਨ ਕਰਿਆ ਕਰਾਂ। ਮੈਨੂੰ ਇੱਕ ਵਾਜਾ ਮਿਲ ਗਿਆ ਆਪਣੇ ਆਪ, ਫਿਰ ਮੈਂ ਉਹ ਵਾਜੇ 'ਤੇ ਉਂਗਲਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਸੱਚੇ ਪਾਤਸ਼ਾਹ ਨੇ ਹਰ ਸਿਮਰੀ ਦਿਨ ਸਭ ਰਹਿਣ ਵਾਲਾ ਸ਼ਬਦ ਮੇਰੇ ਕੋਲੋਂ ਕਢਵਾ ਦਿੱਤਾ। ਫਿਰ ਜਿਹੜੀਆਂ ਤਰਜਾਂ ਮੈਂ ਸੁਣੀਆਂ ਸੀ ਭਾਈ ਸਾਹਿਬ ਦੇ ਕੀਰਤਨ 'ਚ, ਉਹ ਜਿਵੇਂ ਮੇਰੇ ਅੰਦਰ ਰਿਕਾਰਡ ਹੋ ਗਈਆਂ, ਵੀ ਜਿਵੇਂ ਸਾਰੀਆਂ ਹੀ ਤਰਜਾਂ ਕਦੇ ਕਦੇ ਕੋਈ, ਕਦੇ ਕੋਈ, ਕਦੇ ਕੋਈ ਮੇਰੇ ਅੰਦਰੋਂ ਆਉਣੀ ਸ਼ੁਰੂ ਹੋ ਗਈ ਅਤੇ ਮੈਂ ਉਹਨਾਂ ਤਰਜਾਂ 'ਤੇ ਕੀਰਤਨ ਹੌਲੀ 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 ਕਰਨਾ ਸ਼ੁਰੂ ਕਰ ਦਿੱਤਾ। ਫਿਰ ਸੰਗਤ ਵਿੱਚ ਮੈਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਮਹਾਰਾਜ ਦੀ ਕਿਰਪਾ ਨਾਲ। ਕੀਰਤਨ ਦਾ ਫਿਰ ਆਹਰ ਜਿਹਾ ਬਣ ਗਿਆ। ਫਿਰ ਘਰ ਵੀ ਕੀਰਤਨ ਕਰਨਾ, ਗੁਰਦੁਆਰੇ ਸੁਣਨ ਜਾਣਾ ਕੀਰਤਨ, ਫਿਰ ਕੀਰਤਨ ਰੱਖ ਲੈਣੇ ਪ੍ਰੋਗਰਾਮ, ਉੱਥੇ ਜਾਣਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ, ਅਤੇ ਇਸ ਤਰ੍ਹਾਂ ਕੀਰਤਨ ਕਰਦਿਆਂ ਕਰਦਿਆਂ ਇੱਕ ਸਟੇਜ ਸੀ ਕੀਰਤਨ ਦੀ ਕਿ ਕੀਰਤਨ ਵਿੱਚ ਰਸ ਆਉਣਾ ਜਾਂ ਉਹਨੂੰ ਪ੍ਰਾਪਤ ਕਰਨਾ ਜਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਮਹਾਰਾਜ ਕੋਲੋਂ ਕੁਛ ਮੰਗ ਕਰਨੀ ਤਾਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ। ਉਸ ਕਿਰਪਾ ਸਦਕਾ ਫਿਰ ਬਾਅਦ 'ਚ ਮਨ ਵਿਕਾਰੀ ਵੀ ਹੋਇਆ, ਡਿੱਗਿਆ ਵੀ, ਪਰ ਫਿਰ ਸੱਚੇ ਪਾਤਸ਼ਾਹ ਨੇ ਉਠਾਲ ਲਿਆ, ਬਾਂਹ ਫੜ ਲਈ, ਥੋੜ੍ਹੀ ਜਿਹੀ ਬਚਾ ਲਿਆ। ਫਿਰ ਸੰਗਤ ਬਾਊ ਮਲ ਸਿੰਘ ਦੀ, ਭਾਈ ਰਾਮ ਸਿੰਘ ਦੀ, ਪੂਰਨ ਸਿੰਘ ਸੂਰਤ ਜੀ ਦੀ ਅਤੇ ਭਾਈ ਬਾਵਾ ਸਿੰਘ ਪ੍ਰਾਤਨ ਸਿੰਘ ਸੀਗੇ, ਭਾਈ ਜੀਵਨ ਸਿੰਘ, ਭਾਈ ਮਿੰਦਰ ਸਿੰਘ SDO, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਸਾਰਿਆਂ ਦੀ ਸੰਗਤ ਮਹਾਰਾਜ ਨੇ ਬਖਸ਼ਦੇ ਰਹੇ। ਦਾਸ ਦਾ ਆਨੰਦ ਕਾਰਜ ਹੋ ਗਿਆ। ਫਿਰ ਇਹਦੇ ਬਾਅਦ ਫਿਰ ਵੀ ਕੀਰਤਨ ਦਾ ਚੱਲਦਾ ਰਿਹਾ ਸੰਗਤ ਵਿੱਚ ਜਾ ਕੇ। ਇਹਨਾਂ ਕੀਰਤਨਾਂ ਤੋਂ ਬਾਅਦ 20-25 ਸਾਲ ਮੈਂ ਭਾਈ ਸਾਹਿਬ ਦੀਆਂ ਕਿਤਾਬਾਂ ਥੋੜ੍ਹੀਆਂ ਪੜ੍ਹੀਆਂ ਸੀ। ਇੱਕ ਕਥਾ ਕੀਰਤਨ ਸੀ ਜਿਹਦੇ 'ਚ ਉਹਨਾਂ ਲਿਖਿਆ ਸੀ ਕਿ ਬੜੇ ਬੜੇ ਵੱਡੇ ਕਥਾਗੜ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਥੁੱਕਾਂ ਪਾਉਣ ਤੋਂ ਬਗੈਰ ਕੁਛ ਵੀ ਨਹੀਂ ਕਰਦੇ, ਇਹਨਾਂ ਦੇ ਅੰਦਰ ਕੁਛ ਨਹੀਂ। ਅਤੇ ਮੈਂ 25-30 ਸਾਲ ਕਥਾ ਸੁਣੀ ਕੋਈ ਨਹੀਂ। ਬਾਅਦ ਵਿੱਚ ਮੈਂ ਫਿਰ ਆਖਿਆ ਮਨਾ ਚੱਲ ਇਹ ਜੋ ਕਹਿੰਦੇ ਨੇ ਭਲਾ ਸੁਣ ਕੇ ਹੀ ਦੇਖੀਏ। ਤਾਂ ਕੁਝ ਨਾ ਕੁਝ ਫਿਰ ਸੁਣਨ ਨਾਲ ਕੁਛ ਕਿਸੇ ਦੀ ਕੋਈ ਚੰਗੀ ਗੱਲ ਪੱਲੇ ਬੰਨ੍ਹ ਲੈਣੀ,
ਜਾਂ ਜਿਹੜੀ ਕੋਈ ਠੀਕ ਲੱਗਣੀ ਉਹਨੂੰ ਅੰਦਰ, ਫਿਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਗ੍ਰਮੈਟੀਕਲੀ ਪੜ੍ਹਨ ਲਿਖਣ ਦਾ ਵੀ ਚਾਅ ਥੋੜ੍ਹਾ ਬਹੁਤਾ ਪੈਦਾ ਹੁੰਦਾ ਰਿਹਾ। ਪਾਠਾਂ ਵਿੱਚ, ਕੀਰਤਨ ਵਿੱਚ ਅਸਾਂ ਹਿੱਸਾ ਲੈਂਦਿਆਂ ਇਹ, ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ ਕਿ ਪਹਿਲੀ ਸਟੇਜ ਹੈ ਵੈਰਾਗ ਪੈਦਾ ਹੁੰਦਾ ਬੰਦੇ ਦੇ, ਜਦੋਂ ਵੈਰਾਗ ਪੈਦਾ ਹੁੰਦਾ ਫਿਰ ਉਹ ਆਪਣੇ ਅੰਦਰ ਥੋੜ੍ਹਾ ਬਹੁਤਾ ਬਾਣੀ ਦੇ ਨਾਲ, ਵੈਰਾਗ ਬਾਣੀ ਨੇ ਨਹੀਂ ਪੈਦਾ ਕਰਨਾ, ਆਪਣੇ ਆਪ ਨੂੰ ਝੰਜੋੜਦਾ ਕਿ ਮੈਂ ਕੀ ਹਾਂ। ਪਰ ਉਹ ਵੈਰਾਗ ਅਸਲ ਵੈਰਾਗ ਨਹੀਂ ਹੁੰਦਾ, ਸਿਰਫ ਬਾਣੀ ਨੇ ਉਹਨੂੰ ਆਪਣੇ ਵਾਲੇ ਪਾਸੇ ਲਾਉਣਾ ਹੁੰਦਾ ਕਿ ਮਨੁੱਖ ਭੁੱਲਿਆ ਇਹਨੂੰ ਮੈਂ ਆਪਣੇ ਵਾਲੇ ਪਾਸੇ ਲਾ ਲਵਾਂ, ਇਸ ਲਈ ਉਹਦੇ ਅੰਦਰ ਵੈਰਾਗ ਪੈਦਾ ਕਰਦੀ ਆ। ਅਤੇ ਉਹ ਵੈਰਾਗ ਜਿਹੜੇ ਨੇ ਉਹਦੇ ਕਰਮਾਂ ਕਰਕੇ ਪੈਦਾ ਹੁੰਦਾ, ਉਹਦੇ ਕਰਮ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਪੇਟੂ ਪ੍ਰਖਰਸ ਵੈਰਾਗੀ। ਜਦੋਂ ਪੂਰਵਲੇ ਕਰਮਾਂ ਕਰਕੇ ਬੰਦੇ ਦੇ ਉਹ ਕਰਮ ਸਫਟ ਹੁੰਦੇ ਨੇ, ਫਿਰ ਸੱਚੇ ਪਾਤਸ਼ਾਹ ਦੇ ਲੜ ਵਿੱਚ ਲੱਗ ਜਾਂਦਾ। ਲੜ ਲੱਗ ਕੇ ਵੀ ਜੇ ਸਾਡੀ ਕਮਾਈ ਨਹੀਂ, ਸਾਡੇ ਅੰਦਰ ਕੁਛ ਨਹੀਂ, ਤਾਂ ਫਿਰ ਅਸੀਂ ਡਿੱਗ ਪੈਂਦੇ ਹਾਂ, ਭੁੱਲ ਜਾਂਦੇ ਹਾਂ। ਅਤੇ ਸਦਾ ਸਾਰਾ ਜੀਵਨ ਇਸੇ ਤਰ੍ਹਾਂ ਹੀ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਇਸ ਤਰ੍ਹਾਂ ਹੀ ਉੱਠਦਿਆਂ ਡਿੱਗਦਿਆਂ ਢਹਿੰਦਿਆਂ ਲੰਘ ਜਾਂਦਾ, ਅਤੇ ਅਖੀਰ ਨੂੰ ਕੱਖ ਵੀ ਨਹੀਂ ਪਲੇ ਰਹਿੰਦਾ, ਪਛਤਾਵਾ ਰਹਿ ਜਾਂਦਾ ਕਿ ਮੈਂ ਤਾਂ ਕੁਛ ਵੀ ਨਹੀਂ ਕੀਤਾ। ਪਰ ਕੁਛ ਸਮਾਂ ਬਾਅਦ ਸੰਗਤ ਫੇਰ ਬਣੀ ਕਿ ਸਿਮਰਨ ਕਰਨਾ ਚਾਹੀਦਾ, ਅਤੇ ਸਿਮਰਨ ਕਰਨ ਨਾਲ ਹੀ ਮਨ ਨੂੰ ਥੋੜ੍ਹਾ ਬਹੁਤਾ ਸਹਾਰਾ ਮਿਲਣਾ। ਜਦ ਤੋਂ ਸਿਮਰਨ ਸ਼ੁਰੂ ਕੀਤਾ ਫਿਰ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਫੁਰਨੇ ਸ਼ੁਰੂ ਹੋ ਗਏ, ਪਰ ਸਿਮਰਨ ਦੇ ਕਰਦਿਆਂ ਕਰਦਿਆਂ ਉਹ ਫੁਰਨੇ ਹੌਲੀ 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 ਫਿਰ ਆਪੇ ਸੱਚੇ ਪਾਤਸ਼ਾਹ ਕੱਢ ਦਿੰਦੇ ਨੇ। ਅਤੇ ਭਾਈ ਸਾਹਿਬ ਲਿਖਦੇ ਨੇ ਕਿ ਪਹਿਲਾਂ ਵੈਰਾਗ ਆਉਂਦਾ, ਫਿਰ ਯੋਗ ਆਉਂਦਾ, ਅਤੇ ਫਿਰ ਗਿਆਨ ਆਉਂਦਾ। ਜਿੱਦਾਂ ਬੰਦੇ ਦੇ ਅੰਦਰ ਵੈਰਾਗ ਪੈਦਾ ਹੋਇਆ ਫਿਰ ਉਹ ਚੁੱਪ ਕਰਕੇ ਕਈ ਵਾਰ ਜੁੜ ਜਾਂਦਾ ਅਤੇ ਬਾਣੀ ਨੂੰ ਸੁਣਨ ਲੱਗ ਪੈਂਦਾ। ਇਹ ਤਾਂ ਕਿਸਮ ਦਾ ਯੋਗ ਹੋ ਜਾਂਦਾ, ਜੁੜ ਜਾਂਦਾ, ਯੋਗ ਦਾ ਮਤਲਬ ਜੁੜ ਜਾਣਾ। ਜਦੋਂ ਜੁੜ ਜਾਂਦਾ ਤਾਂ ਫਿਰ ਉਹਨੂੰ ਅੰਦਰੋਂ ਹੀ ਚੰਗੇ ਮਾੜੇ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਆ, ਆਹ ਚੰਗਾ ਆਹ ਮਾੜਾ। ਫਿਰ ਉਹ ਇੱਕ ਕਿਸਮ ਦਾ ਨਾ ਗਿਆਨੀ ਬਣ ਜਾਂਦਾ, ਗਿਆਨੀ ਗਿਆਨਵਾਨ ਬਣ ਜਾਂਦਾ। ਹਰ ਮਨੁੱਖ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਵਰਤਦੀਆਂ ਨੇ ਅਤੇ ਉਹ ਆਪਣੇ ਆਪ ਨੂੰ ਫਿਰ ਗਿਆਨੀ ਸਮਝਣ ਲੱਗ ਪੈਂਦਾ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ। ਉੱਥੇ ਆਣ ਕੇ ਫਿਰ ਡਿੱਗ ਪੈਂਦਾ। ਪਹਿਲਾਂ ਤਾਂ ਕਰਮ ਦੀ ਸਫੁਰਤਾ ਜਦੋਂ ਵੈਰਾਗ ਵਿੱਚ ਆਉਂਦੀ ਹੈ ਉੱਥੇ ਵੀ ਡਿੱਗ ਪੈਂਦਾ, ਲੋਕ ਸਮਝੇ ਬੜਾ ਭਗਤ ਆ ਅਤੇ ਉੱਥੇ ਡਿੱਗ ਪਿਆ। ਫਿਰ ਕਹਿੰਦੇ ਨੇ ਵੀ ਇਹ ਬੜਾ ਜੁੜ ਕੇ ਬੈਠਦਾ, ਫਿਰ ਡਿੱਗ ਪਿਆ। ਫਿਰ ਕਹਿੰਦੇ ਬੜਾ ਇਹਨੂੰ ਤਾਂ ਹੈਗੀ ਗਿਆਨ ਬੜਾ, ਕੀਰਤਨ ਬੜਾ ਸੁਣ ਕਰਦਾ, ਕਥਾ ਬੜੀ ਸੁਣ ਕਰਦਾ, ਫਿਰ ਡਿੱਗ ਪਿਆ। ਸੱਚੇ ਪਾਤਸ਼ਾਹ ਇਹਨੂੰ ਇੰਝ ਭੜਕਾ ਭੜਕਾ ਕੇ ਮਾਰਦੇ ਨਾ ਵੀ ਚੱਲ ਹਾਂ ਕਿੱਥੇ ਜਾਣਾ ਤੂੰ, ਨਾ ਇਹ ਵੈਰਾਗ ਵਿੱਚ, ਨਾ ਇਹ ਯੋਗ ਵਿੱਚ, ਨਾ ਇਹ ਗਿਆਨ ਵਿੱਚ ਕਿਤੇ ਵੀ ਫਸ ਕੇ ਨਿਕਲ ਨਹੀਂ ਸਕਦਾ। ਅਤੇ ਨਿਕਲਦਾ ਤਾਂ ਹੈ ਜੇ ਇਹ ਭਗਤੀ ਕਰੇਗਾ।
ਭਗਤੀ ਸ੍ਰੇਸ਼ਟ ਹੈ ਅਤੇ ਭਗਤੀ ਨੂੰ ਕੋਈ ਆਂਚ ਨਹੀਂ ਆਉਂਦੀ, ਸਿਮਰਨ ਨੂੰ ਕੋਈ ਆਂਚ ਨਹੀਂ ਆਉਂਦੀ। ਇਹਨੇ ਸਿਮਰਨ ਨੇ ਅੰਦਰੋਂ ਹਉਮੈ ਵੀ ਮਾਰਨੀ ਹੈ, ਅੰਦਰ ਦੀਆਂ ਕੁਰੇਤਾਂ ਕੁਰੀਤੀਆਂ ਨੂੰ ਵੀ ਕੱਢਣਾ ਅਤੇ ਅੰਦਰ ਦੀ ਸੁਰਤੀ ਬਿਰਤੀ ਨੂੰ ਵੀ ਇਹਨੇ ਪਿਛਲੀ ਨੂੰ ਤੋੜ ਭੰਨ ਕੇ ਠੀਕ ਕਰਨਾ। ਅਤੇ ਸੱਚੇ ਪਾਤਸ਼ਾਹ ਕਿਰਪਾ ਕਰੇ, ਸੰਗਤ ਬਖਸ਼ਦਾ ਰਹੇ ਐਸੇ ਬਖਸ਼ਿਆਂ ਦੀ, ਅਤੇ ਫਿਰ ਇਹ ਸਾਰੀਆਂ ਚੀਜ਼ਾਂ ਸਹਿਜੇ ਸਹਿਜੇ ਮਹਾਰਾਜ ਸਾਹਿਬ ਕਿਰਪਾ ਕਰਕੇ ਬਖਸ਼ ਦੇਣ। ਅਤੇ ਜੋ ਜਿਹੜੀ ਬੇਨਤੀ ਹੈ ਇਹ ਹੋਈ, ਔਰ ਆਪਾਂ ਕੀ ਕਿਸੇ ਨੂੰ ਦੱਸ ਸਕਦੇ ਹਾਂ? ਭਾਈ ਸੱਚੇ ਪਾਤਸ਼ਾਹ ਦੇ ਕੋਲ ਸਾਰਾ ਖਜ਼ਾਨੇ, ਸਾਰਾ ਭੰਡਾਰਾ ਭਰਿਆ ਪਿਆ, ਜਿਸ ਦੇ ਉੱਤੇ ਕਿਰਪਾ ਕਰੇਗਾ ਉਹਨੂੰ ਦੇ ਦੇਗਾ। ਸਾਡੀ ਵੀ ਇਹ ਜੋਦੜੀ ਬੇਨਤੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਹ ਸੰਗਤ ਦੀ ਚਰਨ ਧੂੜੀ ਬਖਸ਼ੋ, ਕੋਈ ਕਣਕਾਂ ਮਾਤਰ ਸਾਡੇ ਭੱਲੇ ਵੀ ਪਾ ਦਿਓ। ਤਰਲਾ ਹੈ ਮਹਾਰਾਜ ਦੇ ਚਰਨਾਂ ਦਾ, ਅੱਗੇ ਉਹਦੀ ਮਰਜ਼ੀ ਆ ਭਾਈ, ਜੇ ਸਾਡਾ ਇਹ ਜਨਮ ਇਸ ਜਨਮ 'ਚ ਕੱਟਣਾ ਤਾਂ ਕੱਟ ਦੇਗਾ, ਜੇ ਇੱਕ ਫੁਰਨੇ 'ਚ ਕੱਟਣਾ ਤਾਂ ਕੱਟ ਦੇਗਾ, ਨਹੀਂ ਤਾਂ ਫਿਰ ਅੱਗੇ ਹੋ ਜੂਗਾ। ਅੱਗੇ ਪਤਾ ਨਹੀਂ ਇੱਕ ਮਿਲੇਗਾ ਕਿ ਦੋ ਮਿਲੇਗਾ ਕਿ ਤਿੰਨ ਮਿਲਣਗੇ, ਪਤਾ ਨਹੀਂ। ਉਹਦੇ ਨਾਲ ਮਿਲਾਪ ਤੋਂ ਬਗੈਰ ਗੁਜ਼ਾਰਾ ਹੋਣਾ ਨਹੀਂ ਹੈ, ਛੁਟਕਾਰਾ ਨਹੀਂ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਛਿਨ ਛਿਨ ਤਨ ਛੀਜੇ ਜਰਾ ਜਨਾਵੇ, ਤਬ ਤੇਰੀ ਯੋਗ ਕੋਈ ਪਾਣੀ ਹੋਣਾ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਦੇ ਰਾਮ ਕੀ ਨਾ ਜਪੇ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭਾਈ ਫੌਜਾ ਸਿੰਘ ਜੀ ਬਾਰੇ ਕਹਿੰਦੇ ਵੀ ਦੱਸੋ, ਮੇਰਾ ਮਿਲਾਪ ਉਹਨਾਂ ਦੇ ਨਾਲ 1964 ਦੇ ਵਿੱਚ ਉਹਨਾਂ ਦੇ ਪਿੰਡ ਲਾਗੇ ਹੋਇਆ ਸੀ। ਮੇਰੀ ਡਿਊਟੀ ਇੱਕ ਮਿਡਲ ਸਕੂਲ ਵਿੱਚ ਸੀ, ਪੰਜਾਬੀ ਟੀਚਰ ਦੀ, ਗੌਰਮੈਂਟ ਮਿਡਲ ਸਕੂਲ ਜੌੜਾ ਛਤਰਾਂ, ਅਤੇ ਉਹਨਾਂ ਦਾ ਪਿੰਡ ਗਜਨੀਪੁਰ। ਮੈਂ ਸਹਿਜ ਸਿਪਾਹੀ ਉਹਨਾਂ ਦੇ ਪਿੰਡ ਗਿਆ, ਮੈਨੂੰ ਪਤਾ ਲੱਗਾ ਭਾਈ ਫੌਜਾ ਸਿੰਘ ਨੇ, ਅਤੇ ਉਹ BSc ਵਿੱਚ ਪੜ੍ਹ ਰਹੇ ਸੀ ਐਗਰੀਕਲਚਰ 'ਚ, ਇੱਕ ਟਿਊਬਵੈੱਲ 'ਤੇ ਬੈਠੇ ਸੀ ਪੜ੍ਹਨ ਦੇ। ਮੈਂ ਉਹਨਾਂ ਦੇ ਕੋਲ ਚਲੇ ਗਿਆ, ਪੜ੍ਹਦਿਆਂ ਪੜ੍ਹਦਿਆਂ ਉਹਨਾਂ ਨਾਲ ਮਿਲਾਪ, ਗੱਲਾਂ ਬਾਤਾਂ ਕੀਤੀਆਂ, ਮੈਨੂੰ ਚੰਗੀਆਂ ਲੱਗੀਆਂ ਉਹਨਾਂ ਦੀਆਂ ਗੱਲਾਂ। ਫਿਰ ਉਹ ਮੈਨੂੰ ਘਰ ਲੈ ਗਏ, ਉਹਨਾਂ ਦੇ ਮਾਤਾ ਜੀ ਨੇ ਦਾਲ ਬਣਾਈ, ਪ੍ਰਸ਼ਾਦਾ ਤਿਆਰ ਕੀਤਾ, ਕਹਿੰਦੀ ਪੁੱਤਰ ਰੋਟੀ ਖਾ ਕੇ ਜਾਵੀਂ, ਜਦੋਂ ਮੈਂ ਜਾਣਾ ਉਹਨਾਂ ਨੇ ਪ੍ਰਸ਼ਾਦਾ ਛਕਾ ਦੇਣਾ। ਮੈਂ ਗੁਰਦਾਸਪੁਰ ਤੋਂ ਸਾਈਕਲ 'ਤੇ ਉਹਨਾਂ ਦੇ ਜ਼ਿਆਦਾ 7 ਮੀਲ ਜਾਣਾ ਆਉਣਾ ਡਿਊਟੀ 'ਤੇ, ਭਾਈ ਸਾਹਿਬ ਨਾਲ ਮੇਲ ਕਰਕੇ ਫਿਰ ਕਾਫੀ ਉਹਨਾਂ ਦੇ ਨਾਲ ਨੇੜਤਾ ਹੋ ਗਈ। ਫਿਰ ਕੀਰਤਨ 'ਤੇ ਲੈ ਜਾਣਾ ਉਹਨਾਂ ਨੇ, ਕਦੇ ਉਹਨਾਂ ਦੇ ਪਿੰਡ ਕੀਰਤਨ ਹੋਣਾ, ਕਦੇ ਆਪਾਂ ਚਲੇ ਜਾਣਾ, ਕਦੇ ਉਹਨਾਂ ਨੇ ਆ ਜਾਣਾ ਸਾਡੇ ਘਰ। ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਪਿੰਡ ਵਿੱਚ ਕਦੇ ਉਹਨਾਂ ਦੇ ਨਾਲ ਜਾ ਕੇ ਬਾਹਰ ਖੇਤਾਂ ਵਿੱਚ ਪਏ ਰਹਿਣਾ ਉਹਨਾਂ ਦੇ ਨਾਲ ਹੀ।
ਫਿਰ ਕਦੇ ਕੀਰਤਨ ਕਰਨ ਵਿੱਚ ਲਟਸ ਬੋਰੇ ਹੋ ਕੇ ਵਾਜਾ ਫੜ ਕੇ ਪਿੰਡ ਦੀਆਂ ਗਲੀਆਂ 'ਚ ਕੀਰਤਨ ਕਰਦੇ ਫਿਰਦਾ, ਜਿੱਦਾਂ ਸਵੇਰੇ ਸਵੇਰੇ ਕੋਈ ਸਾਧ ਤੁਰੇ ਫਿਰਦੇ ਨਾ ਵੀ ਉੱਠ ਖਲੋ ਵੀ ਅਮਲਤ ਵੇਲਾ ਹੋ ਗਿਆ, ਇੱਦਾਂ ਮੇਰੇ ਗਲ 'ਚ ਵਾਜਾ ਪਾ ਦੇਣਾ ਅਤੇ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਸ਼ਬਦ ਪੜ੍ਹਦੇ ਫਿਰਨਾ। ਪਿੰਡ ਵਾਲੇ ਨੇ ਆਖਣਾ ਕੀ ਕਰਦੇ ਆ, ਅਤੇ ਛੋਟਾ ਜਿਹਾ ਪਿੰਡ ਸੀ ਉਹਨਾਂ ਦਾ। ਖੈਰ ਉਹਨਾਂ ਨੇ ਫਿਰ ਸਾਨੂੰ ਇੱਕ ਖਾਲਸਾ ਫਾਰਮ ਦੇ ਉੱਤੇ ਲੈ ਗਏ, ਕੁਝ ਸਿੰਘਾਂ ਨੂੰ ਇਕੱਠੇ ਕਰਕੇ, ਉੱਥੋਂ ਨਾ ਕੀਰਤਨ ਗੱਤਕਾ ਬਾਣੀ ਅਤੇ ਕੀਰਤਨ ਆਦਿ ਸਾਡੀਆਂ ਕਲਾਸਾਂ ਜੀਆਂ ਬੜੀਆਂ ਪਿਆਰ ਨਾਲ ਲਾਈਆਂ। ਬੜੇ ਪਿਆਰ ਨਾਲ ਸਿੰਘ ਉੱਥੇ ਗਏ ਅਤੇ ਸਾਰਿਆਂ ਨੇ ਬੜਾ ਰਸ ਮਾਣਿਆ ਬਾਣੀ ਦਾ, ਕੀਰਤਨ ਦਾ ਅਤੇ ਹੋਰ ਵਿਚਾਰਾਂ ਦਾ ਅਤੇ ਸੱਚੇ ਪਾਤਸ਼ਾਹ ਦੇ ਗੱਤਕੇ ਆਦਿਕ ਦਾ। ਤੋ ਉਹ ਬੜਾ ਯੋਧਾ ਪੁਰਸ਼ ਸੀ ਉਹਦੇ ਅੰਦਰ ਗੁਰੂ ਬਣੇ ਗੁਰੂ ਪਾਤਸ਼ਾਹ ਵੱਲੋਂ ਹੀ ਬਲ ਸੀਗਾ ਅਤੇ ਸਿਮਰਨ ਦਾ ਬੜਾ ਰਸੀਆ ਸੀ। ਸਾਰੀ ਸਾਰੀ ਰਾਤ ਬੈਠ ਕੇ ਉਹ ਸਿਮਰਨ ਵਿੱਚ ਬੈਠਾ ਰਹਿੰਦਾ ਸੀ ਔਰ ਕਦੇ ਥਕਾਵਟ ਨਹੀਂ ਸੁਣਦੀ। ਜਿੱਥੇ ਕਿਤੇ ਕੋਈ ਇਹੋ ਜਿਹਾ ਕੋਈ ਗੱਲ ਹੁੰਦੀ, ਕੋਈ ਇਕੱਲਿਆਂ ਜਾ ਕੇ ਉੱਥੇ ਖੜਾ ਹੋ ਜਾਂਦਾ। ਨਾ ਤਾਂ ਕਿਸੇ ਪੁਲਿਸ ਕੋਲੋਂ ਡਰਦਾ ਸੀ ਉਹ, ਨਾ ਕਿਸੇ ਬਦਮਾਸ਼ਾਂ ਕੋਲ ਡਰਦਾ ਸੀ, ਇਕੱਲਾ ਹੀ ਜਾ ਕੇ ਖੜਾ ਹੋ ਜਾਂਦਾ ਸੀ ਔਰ ਉੱਥੋਂ ਜਾ ਕੇ ਮੋਰਚਾ ਫਤਿਹ ਕਰਕੇ ਆਉਂਦਾ ਸੀ। ਇੱਕ ਵਾਰ ਕਿਸੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੌੜੀਆਂ ਦੇ ਵਿੱਚ ਥੱਲੇ ਰੱਖਿਆ ਹੋਇਆ ਸੀ, ਅੰਮ੍ਰਿਤਸਰ ਦੀ ਗੱਲ ਆ। ਉੱਥੇ ਚਲ ਗਿਆ ਅਤੇ ਉਹਨੂੰ ਕਹਿੰਦਾ ਵੀ ਇੱਥੇ ਤੁਸੀਂ ਸੱਚੇ ਪਾਤਸ਼ਾਹ ਦਾ ਸਤਿਕਾਰ ਨਹੀਂ ਕਰਦੇ, ਇਹ ਠੀਕ ਨਹੀਂ ਤੁਹਾਡੇ ਵਾਸਤੇ। ਉਹ ਕਹਿੰਦੇ ਤੂੰ ਕੌਣ ਹੈ, ਇੱਥੇ ਆਇਆ ਸਾਡੇ ਵਾਸਤੇ? ਉਹਨਾਂ ਦੀ ਪਰਵਾਹ ਨਹੀਂ ਕੀਤੀ। ਦੂਜੇ ਦਿਨ ਤਿੰਨ ਚਾਰ ਸਿੰਘ ਲੈ ਕੇ ਉੱਥੋਂ ਸਰੂਪ ਚੁੱਕਿਆ ਅਤੇ ਜਾ ਕੇ ਦੂਜੇ ਥਾਂ ਰੱਖ ਦਿੱਤਾ ਜਿੱਥੇ ਸਤਿਕਾਰ ਸੀ। ਇਸੇ ਤੋਂ ਉੱਥੋਂ ਦਾ ਕੋਈ ਪੁਲਿਸ ਦਾ ਸੀ SSP, ਉਹਦੇ ਨਾਲ ਵੀ ਜਾ ਕੇ ਇਕੱਲਿਆਂ ਸਿੱਧਾ ਜਾ ਕੇ ਗੱਲ ਕਰਤੀ। ਜਿੱਥੇ ਵੀ ਉਹ ਡਟਦਾ ਸੀ ਇਕੱਲਾ ਡਟ ਜਾਂਦਾ ਸੀ, ਪਰ ਇੰਨੀ ਉਹਦੇ ਅੰਦਰ ਕੁਦਰਤ ਵੱਲੋਂ ਸੂਰਬੀਰਤਾ ਸੀ ਕਿ ਉਹਦੀਆਂ ਗੱਲਾਂ ਸੁਣ ਸੁਣ ਕੇ ਜਾਂ ਉਹਦੀ ਕਿਸੇ ਵੀ ਚਾਲ ਢਾਲ ਤੋਂ ਇੰਝ ਲੱਗਦਾ ਸੀ ਵੀ ਇਹ ਬੜਾ ਪਤਾ ਨਹੀਂ ਕਿੱਥੇ ਬੋਲਦਾ ਅਤੇ ਕਿੱਥੋਂ ਇਹਦੇ ਅੰਦਰੋਂ ਗੱਲਾਂ ਨਿਕਲਦੀਆਂ ਨੇ। ਬਾਬਾ ਦੀਪ ਸਿੰਘ ਦਾ ਬੜਾ ਆਸ਼ਕ ਸੀ ਔਰ ਇਸੇ ਤਰ੍ਹਾਂ ਹੀ ਉਹਦੇ ਅੰਦਰ ਸੂਰਬੀਰਤਾ ਬਣੀ ਹੋਈ ਸੀ ਕੁੱਟ ਕੁੱਟ ਕੇ। ਅਤੇ ਉਹ ਇੱਕ ਵਾਰ ਬ੍ਰਹਮਪੁਰ ਪਿੰਡ ਦੇ ਵਿੱਚ ਇੱਕ ਭੈਰੋਂ ਭੈਰੋਂ ਨਾਂ ਦਾ ਬਦਮਾਸ਼ ਰਹਿੰਦਾ ਸੀ, ਉਹਨੂੰ ਜਾ ਕੇ ਉਹਨਾਂ ਕਿਹਾ ਵੀ ਭਾਈ ਤੂੰ ਇਹ ਸ਼ਰਾਬ ਪੀਣੀ ਬਦਮਾਸ਼ੀਆਂ ਕਰਨਾ ਛੱਡ ਦੇ। ਉਹ ਕਹਿੰਦਾ ਤੂੰ ਕੌਣ ਮੈਨੂੰ ਸਮਝਾਉਣ ਵਾਲਾ, ਤੇਰੇ ਵਰਗੇ ਮੈਂ ਲੱਖਾਂ ਵੇਖੇ ਆ। ਕਹਿੰਦਾ ਭਾਈ ਤੂੰ ਛੱਡ ਦੇ ਗੱਲ ਅਤੇ ਠੀਕ ਹੈ ਤੇਰੇ ਵਾਸਤੇ। ਉਹ ਨਹੀਂ ਮੁੜਿਆ। ਇਹ ਫਿਰ ਤਿੰਨ ਸਿੰਘ ਗਏ ਅਤੇ ਉਹਨੂੰ ਫਤਿਹ ਬੋਲ ਦਿੱਤੀ ਉਹਦੀ। ਜਿਸ ਵੇਲੇ ਉਹਦਾ ਕਰ ਦਿੱਤਾ ਇਹਨਾਂ ਪਾਰ ਉਤਾਰਾ ਅਤੇ ਫਿਰ ਇਹਨਾਂ ਨੂੰ ਪੁਲਿਸ ਨੇ ਫੜ ਲਿਆ। ਫਿਰ ਗੁਰਦਾਸਪੁਰ ਜੇਲ੍ਹ ਵਿੱਚ ਰਹੇ 5-7 ਮਹੀਨੇ। ਉੱਥੇ ਇਹਨਾਂ ਨੇ ਅੰਦਰ ਫਿਰ ਕੀਰਤਨ ਸ਼ੁਰੂ ਕਰਤਾ, ਕੁਝ ਚਿਰ ਰੋਟੀ ਨਾ ਖਾਧੀ। ਜੇਲ੍ਹ ਸੁਪਰਡੈਂਟ ਕਹਿੰਦਾ ਇਹ ਤੇਰਾ ਘਰ ਨਹੀਂ ਜਿੱਥੇ ਆਣ ਕੇ ਤੈਨੂੰ ਕੋਈ ਰੋਟੀਆਂ ਦੇ ਕੇ ਜਾਊ। ਕਹਿੰਦਾ ਨਹੀਂ ਕੋਈ ਗੱਲ ਨਹੀਂ। 7-8 ਦਿਨ ਜਦੋਂ ਰੋਟੀ ਰਾਟੀ ਨਾ ਖਾਧੀ, ਜੇਲ੍ਹ ਸੁਪਰਡੈਂਟ ਨੇ ਆਪੇ ਆਖਿਆ ਚੰਗਾ ਜਿੱਦਾਂ ਤੇਰੀ ਮਰਜ਼ੀ ਆ ਉੱਦਾਂ ਕਰ ਲਾ। ਫਿਰ ਇੱਥੋਂ ਅਮੈਰੀਕਾ ਤੋਂ ਬੀਬੀਆਂ ਗਈਆਂ, ਜੇਲ੍ਹ ਵਿੱਚ ਹੀ ਅਸੀਂ ਫਿਰ ਗਏ, ਕੀਰਤਨ ਕੀਤਾ ਉੱਥੇ ਉਹਨਾਂ ਦੇ ਨਾਲ। ਫਿਰ ਅਸੀਂ ਅਮੈਰੀਕਨ ਬੀਬੀਆਂ ਨਾਲ ਕਿਸ ਪਿੰਡਾਂ ਵਿੱਚ ਵੀ ਕੀਰਤਨ 'ਤੇ ਗਏ।
ਭਾਈ ਸਾਹਿਬ ਜਦੋਂ ਜਮਾਨ ਤੋਂ ਬਾਹਰ ਆਏ ਤਾਂ ਉਹਨੇ ਚਿਰ ਨੂੰ ਇਹ ਨਿਰੰਕਾਰੀਆਂ ਦਾ ਕਾਂਡ ਵਰਤ ਗਿਆ। ਸੱਚੇ ਪਾਤਸ਼ਾਹ ਨੇ ਉਹਨਾਂ ਕੋਲੋਂ ਇਹ ਸੇਵਾ ਲੈਣੀ ਸੀ ਤਾਂ ਉਹ ਸ਼ਹੀਦੀ ਪਾ ਗਏ। ਪਰ ਹੈ ਉਹ ਹਰ ਕੰਮ ਦੇ ਹਰ ਬੋਲ ਦੇ ਪੂਰੇ ਸੀ। ਇੱਕ ਗੱਲ ਉਹਨਾਂ ਦੀ ਮੈਨੂੰ ਕਈ ਵਾਰ ਮੈਂ ਅੱਗੇ ਵੀ ਦੱਸੀ ਆ ਕਿ ਹੈਡਮਾਸਟਰ ਨੇ ਇੱਕ ਵਾਰ ਉਹਨਾਂ ਨੂੰ ਫੜ ਲਿਆ ਕਿ ਤੂੰ ਆਹ ਗੱਲ ਗਲਤ ਕੀਤੀ ਆ, ਅਤੇ ਉਹਨੂੰ ਬੈਂਤ ਉਹਨਾਂ ਕੋਲ ਹੁੰਦਾ ਸੀ ਪੁਰਾਣੇ ਬੰਦਿਆਂ ਕੋਲ, ਉੱਥੇ ਜਿਹੜਾ ਬੈਂਤ ਬਾਂਸ ਦਾ ਬੈਂਤ ਹੁੰਦਾ, ਉਹਦੇ ਮਾਰਨੀਆਂ ਸ਼ੁਰੂ ਕਰਤੀਆਂ ਅਤੇ ਫੌਜਾ ਸਿੰਘ ਨੇ ਹੱਥ ਅੱਗੇ ਕਰਨੇ ਸ਼ੁਰੂ ਕਰਤੇ। ਇੱਕ ਬੈਂਤ ਵੱਜਿਆ ਅਤੇ ਦੂਜੇ ਹੱਥ ਅੱਗੇ ਕਰਤਾ, ਦੂਜਾ ਵੱਜਿਆ ਅਤੇ ਫਿਰ ਦੂਜਾ ਕਰਤਾ। ਇਸੇ ਤਰ੍ਹਾਂ ਮੇਰਾ ਖਿਆਲ ਆ ਉਹਨਾਂ ਦੇ ਹੱਥਾਂ 'ਤੇ ਕੋਈ 20-20 ਬੈਂਤ ਵੱਜ ਗਏ ਹੋਣੇ ਅਤੇ ਉਹਨਾਂ ਦੇ ਹੱਥਾਂ 'ਚੋਂ ਲਹੂ ਨਿਕਲਣਾ ਸ਼ੁਰੂ ਹੋ ਗਿਆ। ਉਹਨਾਂ ਹੱਥ ਫਿਰ ਅੱਗੇ ਕਰਤਾ, ਹੈਡਮਾਸਟਰ ਨੇ ਵੇਖਿਆ ਵੀ ਇਹਦੇ ਹੱਥਾਂ 'ਚੋਂ ਲਹੂ ਵੱਗ ਗਿਆ ਅਤੇ ਅਜੇ ਤੱਕ ਵੀ ਹੱਥ 'ਤੇ ਗਾਂ ਹੀ ਕਰੀ ਜਾਂਦਾ। ਫਿਰ ਉਹ ਹੈਰਾਨ ਹੋ ਗਏ, ਫਿਰ ਇਹਨਾਂ ਦੇ ਪਿਤਾ ਨੂੰ ਬੁਲਾਇਆ ਉਹਨਾਂ ਨੇ ਵੀ ਮੈਂ ਆਹ ਗਲਤੀ ਕੀਤੀ ਆ, ਪਰ ਇਹ ਮੁੰਡਾ ਤੁਹਾਡਾ ਬਹੁਤ ਜ਼ੁਰਤ ਵਾਲਾ, ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਪਤਾ ਨਹੀਂ ਕੀ ਬਲ ਬਖਸ਼ਿਆ। ਅਤੇ ਵਾਕਈ ਉਹਨਾਂ ਦੀ ਜ਼ੁਰਤ ਜਿਹੜੀ ਸੀ ਨਾ ਉਹ ਕਹਿਣ ਸੁਣਨ ਤੋਂ ਬਾਅਦ ਸੀ। ਜੇ ਇਹੋ ਜਿਹਾ ਕੋਈ ਜਰਨੈਲ ਸਾਡੇ ਕੋਲ ਰਹਿ ਜਾਂਦਾ ਤਾਂ ਅੱਜ ਕੁਛ ਹੋਰ ਹੁੰਦਾ, ਪਰ ਚਲੋ ਜੋ ਉਹਦਾ ਹੁਕਮ ਹੈ। ਉਹ ਵਾਕਈ ਫੌਜਾ ਸਿੰਘ ਹੀ ਸੀਗਾ ਅਤੇ ਉਹਦੇ ਸਰੀਰ ਵਿੱਚ ਆਪਣੇ ਸਰੀਰ 'ਤੇ ਮਾਲਿਸ਼ ਕਰਵਾ ਕੇ ਐਡਾ ਬੜਾ ਸੋਟਾ ਐਂ ਡੋਲਿਆਂ 'ਤੇ ਮਰਵਾਉਂਦਾ ਹੁੰਦਾ ਸੀ। ਐਡੇ ਐਡੇ ਉਹਦੇ ਪੱਟ ਸੀ, ਐਡੀਆਂ ਐਡੀਆਂ ਉਹਦੀਆਂ ਪਿੰਡੀਆਂ ਬਾਹਾਂ ਸੀ, ਅਤੇ ਅੱਠ ਬੰਦਿਆਂ ਦੇ ਨਾਲ ਇਕੱਲਾ ਹੀ ਗੱਤਕਾ ਖੇਡ ਕੇ ਅਤੇ ਉਹਨਾਂ ਨੂੰ ਪਿੱਛੇ ਭਗਾ ਦਿੰਦਾ ਸੀ। ਇੱਕ ਵਾਰ ਰੈਣ ਸਭਾਈ ਕੀਰਤਨ 'ਤੇ ਗਏ ਅਤੇ ਉੱਥੇ ਦੋ ਕਿਰਪਾਨਾਂ ਫੇਰਨ ਲੱਗ ਪਏ ਅਤੇ ਇੱਕ ਕਿਰਪਾਨ ਉਹਨਾਂ ਦੀ ਪਿੰਨੀ 'ਚ ਵੱਜ ਗਈ ਅਤੇ ਅੱਧੀ ਅੱਧੀ ਇੰਚ ਉਹਨਾਂ ਦੇ ਜ਼ਖਮ ਹੋ ਗਿਆ ਸਾਰਾ। ਉਸ ਜ਼ਖਮ ਦੀ ਪਰਵਾਹ ਹੀ ਨਹੀਂ ਕੀਤੀ ਕੋਈ ਵੀ, ਉਸੇ ਤਰ੍ਹਾਂ ਹੀ ਮਾੜੀ ਜਿਹੀ ਕੱਪੜਾ ਬੰਨ੍ਹ ਕੇ ਗਟਕਾ ਖੇਡਦੇ ਰਹੇ। ਤਾਂ ਹਰ ਪੱਖ ਤੋਂ ਉਹਨਾਂ ਦੇ ਅੰਦਰ ਉਹ ਜ਼ੁਰਤ, ਉਹ ਪਿਆਰ, ਖਿੱਚ ਐਸੀ ਬਣੀ ਸੀ ਕਿ ਉਹ ਸਾਰਿਆਂ ਨੂੰ ਹੀ ਬੜੇ ਪਿਆਰ ਨਾਲ ਆਪਣੇ ਨਾਲ ਲੈਂਦੇ ਸੀ। ਜਦੋਂ ਜੇਲ੍ਹ ਵਿੱਚ ਸੀ ਤਾਂ ਸਾਡੇ ਘਰ ਵਿੱਚ ਹੀ ਉਹ ਸਾਰੀ ਸੰਗਤ ਦਾ ਪ੍ਰਸ਼ਾਦਾ ਬਣਦਾ ਸੀ, ਉੱਥੇ ਜਿਹੜੇ ਉਹਨਾਂ ਦੀ ਤਰੀਕ 'ਤੇ ਆਉਂਦੇ ਪ੍ਰਸ਼ਾਦਾ ਉੱਥੇ ਛਕਦੇ, ਛੱਕ ਕੇ ਉਹਨਾਂ ਦੀ ਤਰੀਕ 'ਤੇ ਚਲੇ ਜਾਂਦੇ। ਤਾਂ ਐਸੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵੇਖ ਵੇਖ ਕੇ ਸੰਗਤ ਤਾਂ ਮਹਾਰਾਜ ਨੇ ਬਖਸ਼ੀ, ਪਰ ਅਸੀਂ ਉਸੇ ਤਰ੍ਹਾਂ ਦੇ ਕੋਰੇ ਰਹਿ ਗਏ। ਸੱਚੇ ਪਾਤਸ਼ਾਹ ਕਿਰਪਾ ਕਰੇ, ਹੁਣ ਤਾਂ ਤਰਲਾ ਹੀ ਆ, ਅਖੀਰਲੀ ਉਮਰ ਹੋ ਗਈ ਆ, ਨਾ ਹੁਣ ਨਾਮ ਜਪਿਆ ਜਾਂਦਾ, ਨਾ ਬਹੁਤੀ ਸੰਗਤ ਕੀਤੀ ਜਾਂਦੀ ਆ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਸ ਇੰਨੀ ਕੀ ਬੇਨਤੀ ਆ ਵੀ ਮਹਾਰਾਜ ਨੂੰ ਕਿਰਪਾ ਕਰਨ ਅਤੇ ਆਪਣੇ ਨਾਮ ਨਾਲ ਜੋੜੀ ਰੱਖਣ, ਸੰਗਤਾਂ ਦੀ ਧੂੜੀ ਬਖਸ਼ਦੇ ਰਹਿਣ। ਗੁਰੂ ਕੇ ਪਿਆਰੇ ਬੱਚੇ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗ ਪੈਂਦੇ ਨੇ, ਆਪਾਂ ਕੀ ਜਵਾਬ ਦੇਣੇ ਆ ਭਾਈ? ਜੇ ਤੁਸੀਂ ਉਹਨਾਂ ਦੀਆਂ ਕਹਾਣੀਆਂ ਬਾਣੀਆਂ ਪੁਤਸਪਿਤ ਕਰੇਣ, ਜੇ ਕਰਦੇ ਸੁਣਦੇ ਹੋ ਤਾਂ ਸੱਚੇ ਪਾਤਸ਼ਾਹ ਤੁਹਾਡੇ 'ਤੇ ਵੀ ਕਿਰਪਾ ਕਰੇ ਅਤੇ ਉਹ ਕਿਰਪਾ ਦੀ ਇੱਕ ਕਿਣਕਾ ਸਾਡੇ 'ਤੇ ਵੀ ਮਹਾਰਾਜ ਬਖਸ਼ ਦੇਵੇ।
ਅਸੀਂ ਕਿਸੇ ਨੂੰ ਕੀ ਸਿੱਖਿਆ ਦੇ ਸਕਦੇ ਹਾਂ ਅਤੇ ਕੀ ਸਮਝਾ ਸਕਦੇ ਹਾਂ। ਇਹ ਤਾਂ ਸਮਝਾਉਣ ਬੁਝਾਉਣ ਵਾਲਾ ਅਕਾਲ ਪੁਰਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪੇ ਨੇ ਬਖਸ਼ਿਸ਼ ਕਰਨ ਅਤੇ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ, ਆਪਣੇ ਨਾਮ ਨਾਲ ਜੋੜ ਲੈਣ, ਸਾਡਾ ਜੀਵਨ ਸਫਲ ਹੋ ਜਾਵੇ, ਸੰਗਤ ਵਿੱਚ ਰਹਿ ਕੇ ਸੰਗਤ ਦੀ ਧੂੜੀ ਲੈ ਕੇ ਨਾਮ ਜਪ ਕੇ ਅਤੇ ਸਾਰਿਆਂ ਦੀ ਅਸੀਸ ਬਖਸ਼ਿਸ਼ ਲੈ ਕੇ ਸਿਰਫ ਅਤੇ ਸਿਰਫ ਕੇਵਲ ਮਹਾਰਾਜ ਦਾ ਆਸਰਾ ਸਾਡੇ ਪੱਲੇ ਪਾ ਦੇਣ, ਆਪੇ ਉਹ ਜਾਣੇ ਅਤੇ ਫਿਰ ਅਸੀਂ ਕੀ ਕਰ ਸਕਦੇ, ਜਿੱਦਾਂ ਉਹਦੀ ਮਰਜ਼ੀ ਆ ਉਦੋਂ ਕਰ ਲਵੇ। ਕਿਰਪਾ ਕਰੇ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸਿੰਘ ਪੁੱਛਦਾ ਕਿ ਤੁਸੀਂ ਪੜ੍ਹਾਉਂਦੇ ਸੀ ਜਦੋਂ, ਉਹਦੇ ਬਾਰੇ ਦੱਸੋ। ਮੈਂ 1953 ਵਿੱਚ ਮੈਟ੍ਰਿਕ ਕੀਤੀ ਸੀ ਖਾਲਸਾ ਸਕੂਲ ਬੁਰਜ ਸਾਹਿਬ ਧਾਰੀਵਾਲ ਤੋਂ, ਅਤੇ ਉੱਥੇ ਮੈਂ ਪੜ੍ਹਦਿਆਂ ਪੜ੍ਹਦਿਆਂ ਫਿਰ ਕਾਲਜ ਦਾਖਲ ਹੋਇਆ। ਪਰ ਮੈਂ ਕਿਹਾ ਮੈਂ ਪ੍ਰਾਈਵੇਟ ਪੜ੍ਹ ਲਵਾਂਗਾ, ਅਤੇ ਮੈਂ ਗਿਆਨੀ ਕਰ ਲਈ। ਗਿਆਨੀ ਦੇ ਬਾਅਦ ਮੈਂ ਫਿਰ ਨਾ ਬੇਸਿਕ ਕਰਨ ਵਾਸਤੇ ਜਗਰਾਓਂ ਚਲੇ ਗਿਆ, JBT। ਜਦੋਂ ਮੈਂ ਬੇਸਿਕ ਕਰਕੇ ਆਇਆ ਤਾਂ ਮੈਨੂੰ 15 ਪੈਸੇ ਦਾ ਇੱਕ ਕਾਰਡ ਆ ਗਿਆ ਘਰ, ਵੀ ਫਲਾਣੇ ਥਾਂ ਜਾ ਕੇ ਅਤੇ ਤੁਸੀਂ ਡਿਊਟੀ ਜੁਆਇਨ ਕਰ ਲਓ। ਮੈਂ ਉਹ ਬਟਾਲੇ ਲਾਗੇ ਇੱਕ ਪਿੰਡ ਸੀ ਕੋਟਲਾ ਸ਼ਾਹੀਆ, ਉੱਥੇ ਜਾ ਕੇ ਮੈਂ ਡਿਊਟੀ ਅਟੈਂਡ ਕਰ ਲਈ। ਬੱਚੇ ਵੀ ਉੱਥੇ ਕੋਈ ਨਹੀਂ ਸੀ, ਸਕੂਲ ਕੋਈ ਨਹੀਂ ਸੀ, ਛੋਟੇ ਛੋਟੇ ਬੱਚਿਆਂ ਨੂੰ ਇਕੱਠਿਆਂ ਕੀਤਾ, 20-25 ਬੱਚੇ ਲੈ ਕੇ, ਇੱਕ ਰਜਿਸਟਰ ਲੈ ਕੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਅਤੇ 8-9 ਮਹੀਨੇ ਪੜ੍ਹਾਇਆ, ਫਿਰ ਮੇਰੀ ਬਦਲੀ ਹੋ ਗਈ ਧਾਰੀਵਾਲ ਦੇ ਲਾਗੇ ਲੇਹਲ ਪਿੰਡ ਸੀ, ਤੋ 5-6 ਸਾਲ 7 ਸਾਲ ਮੈਂ ਉੱਥੇ ਪੜ੍ਹਾਇਆ। ਉੱਥੋਂ ਫਿਰ ਮੈਂ ਜੌੜਾ ਛੱਤਰਾਂ ਚਲੇ ਗਿਆ, ਜਿੱਥੇ ਮੇਰਾ ਭਾਈ ਸਾਹਿਬ ਨਾਲ ਮੇਲ ਹੋਇਆ, ਭਾਈ ਫੌਜਾ ਸਿੰਘ ਨਾਲ। ਅਤੇ ਪੜ੍ਹਾਈ ਦੇ ਦੌਰਾਨ ਹੀ ਮੈਨੂੰ ਕਈ ਸਿੰਘਾਂ ਦੇ ਮੇਲ ਵੀ ਹੋਏ, ਕਿ ਭਾਈ ਹਰਨਾਮ ਸਿੰਘ ਸੀ ਐਗਰੀਕਲਚਰ ਦੇ ਅਫਸਰ, ਉਹਨਾਂ ਨਾਲ ਮੇਲ ਹੋਇਆ, ਉਹਨਾਂ ਫਿਰ ਮੇਰਾ ਰਿਸ਼ਤਾ ਉੱਤੇ ਕਰਵਾ ਦਿੱਤਾ ਦਸੂਏ। ਭਾਈ ਪ੍ਰੀਤਮ ਸਿੰਘ ਜੀ, ਉਹਨਾਂ ਦੀ ਲੜਕੀ ਅਵਤਾਰ ਕੌਰ ਦੇ ਨਾਲ, ਤੋ ਅੱਗੇ ਬੜੇ ਰੰਗੇ ਹੋਏ ਸੀ ਪ੍ਰੀਤਮ ਸੋਹਣੀ ਅਤੇ ਭਾਈ ਅਵਤਾਰ ਸਿੰਘ ਜਿਹੜੇ ਸ਼ਹੀਦ ਹੋਏ ਨੇ ਉੱਥੇ 78 ਦੇ ਕਾਂਡ ਵਿੱਚ। ਭਾਈ ਅਵਤਾਰ ਸਿੰਘ ਜੀ ਉਹਨਾਂ ਦੇ ਆਪੋ 'ਚ ਸਾਥੀ ਸੀ ਅਤੇ ਬੜੇ ਪਿਆਰ ਵਾਲੇ ਸੀ। ਉਹਨਾਂ ਦੀ ਸੰਗਤ ਨਾਲ ਵੀ ਕਾਫੀ ਫਿਰ ਮਹਾਰਾਜ ਸਾਹਿਬ ਕਿਰਪਾ ਕਰਦੇ ਰਹੇ। ਅਤੇ ਨੌਕਰੀ ਦੇ ਦੌਰਾਨ ਤਾਂ ਇੱਦਾਂ ਚੱਲਦਾ ਰਿਹਾ ਕੰਮ। ਫਿਰ ਮੈਂ ਸੀਨੀਅਰ ਸੈਕੰਡਰੀ ਗੁਰਦਾਸਪੁਰ ਵਿੱਚ ਆ ਗਿਆ, 23 ਸਾਲ ਉੱਥੇ ਪੜ੍ਹਾਇਆ, ਉੱਥੋਂ ਹੀ 95 ਰਿਟਾਇਰ ਹੋ ਗਿਆ ਮੈਂ। ਪੜ੍ਹਾਉਣ ਵਿੱਚ ਕੀ ਹੈ, ਪੜ੍ਹਾਉਂਦਿਆਂ ਤਾਂ ਜਿੱਦਾਂ ਮਹਾਰਾਜ ਨੇ ਸੇਵਾ ਲਈ ਉੱਦਾਂ ਕਰਦੇ ਰਹੇ, ਪਰ ਇਹ ਜ਼ਰੂਰ ਸੀ ਕਿ ਪੜ੍ਹਾਉਂਦਿਆਂ ਆਪਣੀ ਡਿਊਟੀ ਨੂੰ ਡਿਊਟੀ ਕਰਕੇ ਪੜ੍ਹਾਉਣਾ ਹੈ, ਇਹ ਨਹੀਂ ਕਿ ਗੁਟਕਾ ਫੜ ਕੇ ਉੱਥੇ ਪਾਠ ਕਰਨ ਬਹਿ ਜਾਣਾ। ਇਹ ਸ਼ੁਰੂ ਤੋਂ ਹੀ ਨਹੀਂ ਸੀ ਇੱਦਾਂ ਦੀ ਗੱਲ। ਜਦੋਂ ਪਾਠ ਕਰਨਾ, ਮੇਰੇ ਕੋਲ ਕਮਰੇ 2 ਹੁੰਦੇ ਸੀ,
ਉਹਨਾਂ ਕਮਰਿਆਂ 'ਚ ਬੈਠ ਕੇ ਆਪਣਾ ਪਾਠ ਕਰ ਲੈਣ, ਜਦੋਂ ਡਿਊਟੀ ਕਰਨੀ ਉਦੋਂ ਡਿਊਟੀ 'ਤੇ ਚਲੇ ਜਾਣ ਅਤੇ ਡਿਊਟੀ ਨਿਭਾਉਣੀ ਮਹਾਰਾਜ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਇੱਕ ਵੱਡੀ ਕਿਰਪਾਨ ਮੇਰੇ ਕੋਲ ਹੁੰਦੀ ਸੀ, ਉਹ ਹੀ ਉੱਪਰੋਂ ਦੀ ਹੁੰਦੀ ਸੀ ਅਤੇ ਐਡਰੈਸ ਮੇਰਾ ਇਹੋ ਹੀ ਰਿਹਾ ਜਿਹੜਾ ਮੈਂ ਹੁਣ ਪਾਇਆ, ਇਹੋ ਹੀ ਮੇਰਾ ਐਡਰੈਸ ਨੌਕਰੀ ਵਿੱਚ ਸੀਗਾ। ਕਦੇ ਮੈਂ ਪੈਂਟ ਸੁਪਨੇ ਵਿੱਚ ਵੀ ਨਹੀਂ ਪਾਈ ਕਿ ਮੈਂ ਪੈਂਟ ਪਾ ਕੇ ਵੇਖੀ ਹੋਵੇ ਕਿ ਪੈਂਟ ਪਾ ਕੇ ਡਿਊਟੀ 'ਤੇ ਗਿਆ। ਇਹੋ ਹੀ ਮੇਰੀ ਨੀਲੀ ਦਸਤਾਰ, ਇਸੇ ਤਰ੍ਹਾਂ ਹੀ ਉੱਪਰੋਂ ਦੀ ਮੇਰੀ ਕਿਰਪਾਨ ਹੁੰਦੀ ਸੀ। ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਸੀਗਾ, ਭਾਵੇਂ ਸਕੂਲ ਗੌਰਮੈਂਟ ਦਾ ਸੀ, ਕਈ ਤਰ੍ਹਾਂ ਦੇ ਬੰਦੇ ਉਹਦੇ ਵਿੱਚ ਰਹਿੰਦੇ ਸੀ, ਸਟਾਫ ਵੀ ਕਾਫੀ ਵੱਡਾ ਵੱਡਾ ਸੀ, ਪਰ ਸੱਚੇ ਪਾਤਸ਼ਾਹ ਨੇ ਇੱਜ਼ਤ ਆਬਰੂ ਬਖਸ਼ਦੇ ਰਹੇ ਅਤੇ ਹਰ ਥਾਂ 'ਤੇ ਸੱਚੇ ਪਾਤਸ਼ਾਹ ਨੇ ਸਤਿਕਾਰ ਬਖਸ਼ਿਆ। ਪੜ੍ਹਾਈ ਵਿੱਚ ਵੀ ਇੱਦਾਂ ਸੀ ਅਤੇ ਮੁੜ ਕੇ ਨੌਕਰੀ ਵਿੱਚ ਵੀ ਇੱਦਾਂ ਹੀ ਸੱਚੇ ਪਾਤਸ਼ਾਹ ਨੇ ਬੜੀ ਇੱਜ਼ਤ ਬਖਸ਼ੀ। ਚਾਰ ਬੱਚੇ ਹੋਏ ਮੇਰੇ, ਦੋ ਲੜਕੇ ਦੋ ਲੜਕੀਆਂ। ਛੋਟੀ ਲੜਕੀ ਇੱਥੇ ਅਮਰੀਕਾ ਵਿਆਹੀ ਗਈ, ਜਿਹਨੇ ਸਾਨੂੰ ਇੱਥੇ ਅਮਰੀਕਾ ਦੀ ਸੈਰ ਕਰਵਾ ਦਿੱਤੀ। ਗੁਰਪ੍ਰੀਤ ਕੌਰ ਅਤੇ ਭਾਈ ਸੰਦੀਪ ਸਿੰਘ ਸਾਡੇ ਜਵਾਈ ਨੇ, ਅਤੇ ਉਹਨਾਂ ਕਰਕੇ ਅਸੀਂ ਇੱਥੋਂ ਦੀ ਸੰਗਤ ਦੇ ਦਰਸ਼ਨ ਪ੍ਰਸ਼ਨ ਕਰ ਲਏ। ਹੋਰ ਨੌਕਰੀਆਂ ਕਾਹਦੀਆਂ, ਅਤੇ ਹੁਣ ਤਾਂ ਵਿਦਿਆਰਥੀ ਵੀ ਨਹੀਂ ਰਹੇ, ਕੱਖ ਵੀ ਨਹੀਂ ਰਹੇ, ਹੁਣ ਤਾਂ ਸਾਡੇ ਪੱਲੇ ਹੀ ਕੁਛ ਨਹੀਂ। ਐਵੇਂ ਹੀ ਇੱਦਾਂ ਦੇ ਸਵਾਲ ਕਰਨ ਲੱਗ ਪੈਂਦੇ ਬੱਚੇ, ਕਦੇ ਆਹ ਦੱਸੋ ਜੀ, ਕਦੇ ਆਹ ਦੱਸੋ। ਦੱਸਣਾ ਕੀ ਹੈ, ਸਾਡੇ ਕੋਲ ਹੈ ਹੀ ਕੱਖ ਨਹੀਂ, ਅਤੇ ਆਪਾਂ ਕੀ ਦੱਸ ਸਕਦੇ ਹਾਂ। ਹਾਂ, ਤਿੰਨ ਚਾਰ ਸਾਲ ਸਰਵਿਸ ਰਹਿੰਦੀ ਸੀ, ਫਿਰ ਮੈਨੂੰ ਥੋੜ੍ਹਾ ਜਿਹਾ ਸਮਝ ਆਈ ਕਿ ਬੱਚਿਆਂ ਨੂੰ ਪੜ੍ਹਾਉਣਾ ਕਿਵੇਂ ਆ। ਪਹਿਲਾਂ ਵੀ ਮੈਂ ਪੜ੍ਹਾਉਂਦਾ ਸੀ, ਪਰ ਮੈਂ ਜ਼ਿਆਦਾ ਨਹੀਂ ਸੀ ਮਾਰਦਾ, ਪਰ ਫਿਰ ਵੀ ਕਦੇ ਕਦੇ ਗੁੱਸੇ ਵਿੱਚ। ਮੈਂ ਪੰਜਾਬੀ ਪੜ੍ਹਾਉਂਦਾ ਰਿਹਾ, 40 ਸਾਲ ਪੰਜਾਬੀ ਪੜ੍ਹਾਈ ਹੈ, ਅਤੇ ਪੰਜਾਬੀ ਪੜ੍ਹਾਉਣ ਦੇ ਨਾਲ ਨਾਲ ਲਿਖਣ ਦਾ ਵੀ ਸੁਭਾਅ ਸੀਗਾ, ਥੋੜ੍ਹਾ ਥੋੜ੍ਹਾ ਆਪ ਲਿਖਣਾ, ਅਤੇ ਲਿਖਣ ਕਰਕੇ ਫਿਰ ਬੱਚਿਆਂ ਨੂੰ ਵੀ ਲਿਖਾਉਣਾ ਬੋਰਡ 'ਤੇ, ਆਪ ਸੋਹਣੀ ਲਿਖਾਈ ਕਰਨੀ, ਫਿਰ ਬੱਚਿਆਂ ਕੋਲੋਂ ਸੋਹਣੀ ਲਿਖਾਈ ਨਾਲ ਵੇਖ ਕੇ ਉਹਨਾਂ ਦੀਆਂ ਕਾਪੀਆਂ ਚੈੱਕ ਕਰਨੀਆਂ। ਅਖੀਰ 'ਤੇ ਮੈਨੂੰ ਪਲੱਸ ਟੂ ਪਲੱਸ ਵਨ ਦੀ ਪੰਜਾਬੀ ਦੇ ਦਿੱਤੀ, ਕਹਿੰਦੇ ਗਿਆਨੀ ਤੁਸੀਂ ਪੜ੍ਹਾ ਲੈਣੀ ਆ। ਅਤੇ ਉਹ ਪਲੱਸ ਵਨ ਪਲੱਸ ਟੂ 'ਚ ਬੱਚੇ ਥੋੜ੍ਹੇ ਅਡੰਤਰ ਹੋ ਜਾਂਦੇ ਆ, ਅਤੇ ਉਹਨਾਂ ਨੇ ਕਲਾਸ ਵਿੱਚ ਹੀ ਨਾ ਆਉਣਾ। ਮੈਂ ਆਪਣੇ ਟਾਈਮ ਸਿਰ ਜਾ ਕੇ ਕਲਾਸ ਅਟੈਂਡ ਕਰਨੀ, ਉਹਨਾਂ ਨੇ ਫਿਰ ਵੇਖਣਾ ਵੀ ਗਿਆਨੀ ਜੀ ਤਾਂ ਆ ਜਾਂਦੇ ਆ, ਫਿਰ ਉਹ ਵੀ ਹੌਲੀ ਹੌਲੀ ਸ਼ਰਮੀ ਹੋਣੇ ਸ਼ੁਰੂ ਹੋ ਗਏ। ਜਿਹੜੇ ਜਿਹੜੇ ਪੜ੍ਹੇ ਉਹ ਅੱਜ ਤੱਕ ਮਤਲਬ ਕਈ ਵਾਰ ਮਿਲ ਪੈਂਦੇ ਨੇ, ਬੁੱਢੇ ਹੋ ਗਏ, ਰਿਟਾਇਰ ਵੀ ਕਈ ਹੋ ਗਏ, ਮੈਨੂੰ ਪਛਾਣ ਨਹੀਂ ਵੀ ਕਿਹੜੇ ਆ ਕਿਹੜੇ ਨਹੀਂ। ਕਈ ਕਲਾਸ ਫੈਲੋ ਇਹੋ ਜਿਹੇ ਸੀਗੇ, ਕਈ ਪੜ੍ਹੇ ਲਿਖੇ, ਕਈ ਬਸ ਜਿੱਥੇ ਮੈਂ ਸਰਵਿਸ ਕਰਦਾ ਸੀ ਉੱਥੇ ਇੱਕ ਵਾਰ ਮਰਦਮਸ਼ੁਮਾਰੀ ਦੀ ਡਿਊਟੀ ਲੱਗ ਗਈ। ਸਾਰਾ ਦਿਨ ਮਰਦਮਸ਼ੁਮਾਰੀ ਵਿੱਚ ਡਿਊਟੀ ਕਰਦਿਆਂ 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 ਥੱਕ ਗਏ, ਨਾ ਸਵੇਰ ਦਾ ਪਾਣੀ ਪੀਤਾ, ਨਾ ਰੋਟੀ ਖਾਧੀ। ਅਤੇ ਇੱਕ ਘਰ ਸੀਗਾ ਅੰਮ੍ਰਿਤਧਾਰੀਆਂ ਦਾ, ਉੱਥੇ ਜਾ ਕੇ ਸ਼ਾਮ ਨੂੰ ਮੈਂ ਕਿਹਾ ਭੈਣ ਜੀ ਮੈਨੂੰ ਬਹੁਤ ਭੁੱਖ ਲੱਗੀ ਆ, ਅਤੇ ਕੁਛ ਖਵਾਓ। ਉਹ ਇੰਨਾ ਪਿਆਰ ਵਾਲਾ ਘਰ ਸੀ ਕਿ ਉਹਨਾਂ ਦੇ ਘਰ ਵਿੱਚ ਚੌਲ ਮੋਟੇ ਮੋਟੇ ਸੀ, ਉਹ ਰਿੰਨੇ ਸੀ ਉਹਨਾਂ ਨੇ, ਅਤੇ ਨਾ ਉਹਦੇ ਨਾਲ ਲੂਣ ਅਤੇ ਨਾ ਉਹਨਾਂ ਦੇ ਨਾਲ ਮਿੱਠਾ ਖਾਣ ਨੂੰ, ਕੱਖ ਵੀ ਨਾ। ਉਹ ਬੜੇ ਪਿਆਰ ਨਾਲ ਉਹਨੇ ਚੌਲ ਬਣਾਏ, ਅਤੇ ਛੇਤੀ ਨਾਲ ਇੱਧਰ ਉੱਧਰ ਜਾ ਕੇ ਅਤੇ ਕਿਤੋਂ ਸ਼ੱਕਰ ਲਿਆਈ ਥੋੜ੍ਹੀ ਜਿਹੀ, ਉਹ ਮੈਨੂੰ ਪਾ ਕੇ ਅਤੇ ਫਿਰ ਸ਼ੱਕਰ ਨਾਲ ਚੌਲ ਖਵਾਏ। ਉਹਨਾਂ ਦੇ ਪਰਿਵਾਰ ਵਿੱਚ ਸਾਰੇ ਬੱਚੇ ਸੀਗੇ, ਸਾਰਿਆਂ ਨੇ ਅੰਮ੍ਰਿਤ ਛਕਿਆ। ਫਿਰ ਸਾਰਿਆਂ ਨੇ, ਇੱਕ ਉਹਨਾਂ ਦਾ ਲੜਕਾ ਸੀ ਗੁਰਨਾਮ ਸਿੰਘ, ਉਹ ਫੂਡ ਐਂਡ ਸਪਲਾਈ ਵਿੱਚ ਵੱਡਾ ਅਫਸਰ ਹੋ ਕੇ ਰਿਟਾਇਰ ਆ, ਪਿਛਲੇ ਸਾਲ ਉਹ ਵਿਚਾਰਾ ਚੜ੍ਹਾਈ ਕਰ ਗਿਆ।
ਤੂੰ ਇਸੇ ਤਰ੍ਹਾਂ ਹੀ ਆ, ਸਰਵਿਸ ਦੀਆਂ ਜਾਂ ਗੱਲਾਂ ਬਾਤਾਂ ਗੱਲਾਂ ਹੀ ਨੇ। ਮੈਂ ਗੁਣ ਗੱਲਾਂ ਸਿਰ ਕੇ ਸਿਰ ਭਾਰ ਗੱਲੀ ਗੱਲਾਂ ਸਿਰਜਣਹਾਰ, ਕਿਆ ਮੂੰਹ ਲੈ ਕੀਚੇ ਅਰਦਾਸ ਪਾ ਪਾਉਂਦੇ ਸਾਖੀ ਪਾਸ, ਤੂੰ ਹੋਰ ਗੱਲਾਂ ਕਾਹਦੀਆਂ ਨੇ। ਠੀਕ ਆ, ਦਰਬਾਰ ਸਾਹਿਬ ਕਈ ਵਾਰ ਜਾਣਾ ਤੇ ਇੱਕ ਡੇਢ ਵਜੇ ਇੱਕ ਨਿਹੰਗ ਸਿੰਘ ਨੇ ਨਾ ਪਰਿਕਰਮਾ 'ਚ ਬੈਠੇ ਹੋਣਾ ਅਤੇ ਉਹਨਾਂ ਨੇ ਅਕਾਲ ਉਸਤ ਦਾ ਪਾਠ ਕਰਨਾ। ਇੰਨੀ ਉੱਚੀ ਪਾਠ ਕਰਨਾ ਵੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਉਹਦੀ ਆਵਾਜ਼ ਇਤਨੀ ਉੱਚੀ ਸੁਣਨੀ। ਤੋ ਉਹਨਾਂ ਜਦੋਂ ਇਹਦਾ ਪੜ੍ਹਨ, ਕਤੂੰ ਸਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਤੂੰ ਅਚਿੰਤ ਹੋ ਕੇ ਸੋਵਤ ਅਚੇਤ ਹੋ। ਲੰਬੀ ਜੀ ਇੱਕ ਵਾਰ ਨਹੀਂ ਤੂੰ ਬੜੀ ਖਿੱਚ ਪਾਉਣੀ। ਅਤੇ ਫਿਰ ਉਹ ਮੈਨੂੰ ਵੀ ਥੋੜ੍ਹਾ ਥੋੜ੍ਹਾ ਕਿ ਥੋੜ੍ਹਾ ਚਿਰ ਮੈਂ ਅਕਾਲ ਉਸਤ ਦਾ ਪਾਠ ਕਰਦਾ ਰਿਹਾ, ਕੋਈ ਸ਼ਬਦ ਵਿੱਚੋਂ ਯਾਦ ਹੋਏ ਉਦੋਂ ਫਿਰ ਕੀਰਤਨ ਵਿੱਚ ਵੀ ਕਦੇ ਕਦੇ ਕਰ ਲਈਦੇ ਆ। ਇਸ ਤਰ੍ਹਾਂ ਉਹਨਾਂ ਦਾ ਹੋਇਆ, ਹੋਰ ਕੁਛ ਨਹੀਂ ਮੈਨੂੰ ਆਉਂਦਾ। ਕੋਈ ਸੰਦੇਸ਼ ਨਹੀਂ, ਮੈਂ ਕੋਈ ਸੰਦੇਸ਼ ਨਹੀਂ ਦੇ ਸਕਦਾ, ਨਾ ਕੁਛ ਮੈਨੂੰ ਆਉਂਦਾ। ਇਹ ਮੇਰੇ ਵਾਸਤੇ ਵੀ ਬੇਨਤੀ ਕਰੋ, ਆਪਣੇ ਲਈ ਵੀ ਬੇਨਤੀ ਕਰੋ। ਅਰਦਾਸ ਕਰਨੀ ਹੋਵੇ ਤਾਂ ਆਪਣੀ ਅਰਦਾਸ ਕਰੋ, ਕਿਸੇ ਨੂੰ ਨਾ ਕਹੋ ਮੇਰੀ ਅਰਦਾਸ ਕਰ ਜੀ। ਕੀ ਕਹਿੰਦੇ ਨੇ ਜੀ, ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਦੋਂ ਤੁਹਾਡੇ ਅੰਦਰੋਂ ਤੁਹਾਡੀ ਅਰਦਾਸ ਨਿਕਲੇਗੀ, ਫਿਰ ਸਦ ਸੁਣਦਾ, ਸਦ ਵੇਖਦਾ, ਫਿਰ ਉਹ ਸੁਣ ਲਏਗਾ। ਅਤੇ ਸਾਨੂੰ ਪਤਾ ਨਹੀਂ ਲੱਗਣਾ ਕਦੋਂ ਉਹਨੇ ਪੂਰੀ ਵੀ ਕਰ ਦਿੱਤੀ ਆ, ਪਰ ਕਰਦਾ ਉਹ ਜਦੀ ਮਰਜ਼ੀ ਹੋਵੇ ਨਾ ਫਿਰ ਕਰਦਾ, ਐਵੇਂ ਨਹੀਂ ਕਰਦਾ। ਸਾਨੂੰ ਕਈ ਵਾਰ ਨਿਰਾਸ਼ਤਾ ਹੋ ਜਾਂਦੀ ਹੈ ਵੀ ਸਾਡੀ ਗੱਲ ਤਾਂ ਮੰਨਦਾ ਹੈ ਨਹੀਂ, ਉਹਨੂੰ ਕੀ ਲੋੜ ਹੈ। ਸਾਡੇ ਵਰਗੇ ਕੀੜੇ ਮਕੌੜੇ ਹਜ਼ਾਰਾਂ ਕਰੋੜਾਂ ਪਏ ਫਿਰਦੇ ਆ, ਹੈਂ, ਅਤੇ ਉਹਨੂੰ ਸਾਡੀ ਮੰਨਣ ਦੀ ਕੀ ਲੋੜ ਹੈ। ਉਹਨੇ ਆਪਣੀ ਮਰਜ਼ੀ ਕਰਨੀ ਹੈ, ਸਾਨੂੰ ਉਹਦੇ ਹੁਕਮ ਵਿੱਚ ਰਹਿਣਾ ਪਊਗਾ ਵੀ ਜੋ ਤੂੰ ਕਰ ਰਿਹਾ ਹੈ ਉਹ ਠੀਕ ਆ, ਜੋ ਅਸੀਂ ਕਰਦੇ ਹਾਂ ਉਹ ਗਲਤ ਆ। ਫਿਰ ਕਰਕੇ ਅਤੇ ਉਹਨੂੰ ਕਹਿ ਦਿਓ ਕਿ ਉਹਦੀ ਮਰਜ਼ੀ ਆ, ਪਰ ਉਹ ਤੁਹਾਨੂੰ ਇਸ ਤਰ੍ਹਾਂ ਦਾ ਹੈਗਾ ਪਿਆਰ ਵਾਲਾ ਵੀ ਪਤਾ ਹੀ ਲੱਗਣ ਦੇਊਗਾ ਵੀ ਤੁਹਾਡੀ ਗੱਲ ਉਹਨੇ ਮੰਨ ਹੀ ਲਈ। ਤੁਸੀਂ ਸਮਝੋ ਹੈਂ, ਆ ਮੇਰੀ ਤਾਂ ਗੱਲ ਮੰਨ ਵੀ ਲਈ ਸੱਚੇ ਪਾਤਸ਼ਾਹ ਨੇ, ਬੜਾ ਪਿਆਰ ਵਾਲਾ ਅਤੇ ਬੜਾ ਦਿਆਲੂ ਕਿਰਪਾਲੂ ਆ। ਅਰਦਾਸ ਸਾਨੂੰ ਕਰਨੀ ਵੀ ਨਹੀਂ ਆਉਂਦੀ, ਅਤੇ ਜਦੋਂ ਕਰਵਾਵੇਗਾ ਆਪੇ ਕਰਾ ਦਿੰਦਾ। ਜਦੋਂ ਕਰਾਂਗੇ ਫਿਰ ਦੇਖ ਲਓ ਆਪੇ ਹੀ ਤੁਸੀਂ ਕਰਕੇ ਵੀ ਮੰਨਦਾ ਕਿ ਨਹੀਂ ਮੰਨਦਾ, ਸਦ ਸੁਣਦਾ ਸਦ ਵੇਖਦਾ। ਪਰ ਸਾਡੀਆਂ ਗਾਲੀਆਂ ਗੱਲਾਂ ਅਤੇ ਸਾਡੀਆਂ ਕਰਤੂਤਾਂ ਵੇਖੀ ਜਾਂਦਾ, ਉਹ ਗੁੱਝੀ ਨਹੀਂ ਉਹਦੇ ਕੋਲ, ਕੋਈ ਵੀ ਗੱਲ ਗੁੱਝੀ ਨਹੀਂ। ਜੋ ਕੁਛ ਅਸੀਂ ਕਰਦੇ ਹਾਂ, ਜੋ ਕੁਛ ਅਸੀਂ ਬੋਲਦੇ ਹਾਂ, ਜਿੱਥੇ ਅਸੀਂ ਜਾਂਦੇ ਹਾਂ, ਉਹ ਅੱਗੋਂ ਦੇਖੇ ਪਿੱਛੋਂ ਦੇਖੇ, ਤੁਸੀਂ ਤਾਂ ਕਹਾਂ ਛੁਪਾਵੇ, ਕਿੱਥੇ ਜਾਵਾਂਗੇ ਅਸੀਂ। ਉਹ ਤਾਂ ਸਾਨੂੰ ਅੱਗੋਂ ਪਿੱਛੋਂ ਅੱਗੇ ਨੇੜਿਓਂ ਦੂਰੋਂ ਸਾਰੇ ਵੇਖੀ ਜਾਂਦਾ।
ਤੇ ਅਸੀਂ ਉਹਦੇ ਕੁਛ ਪਾ ਕੀ ਸਕਦੇ ਹਾਂ। ਇੱਕ ਚੀਜ਼ ਅਖੀਰਲੀ ਭਾਣੇ ਬਾਰੇ ਦੱਸੋ, ਕਈ ਚੀਜ਼ਾਂ ਪਿਛਲੀਆਂ ਜਿਹੜੀਆਂ ਲਿਖੀਆਂ ਹੋਈਆਂ, ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣੇ ਕੋਲ ਕੰਟਰੋਲ ਹੋਈ ਨੇ, ਕਿ ਆਪਾਂ ਕਿਹੜੇ ਕਿਹੜੇ ਆਪਦੇ ਸਵੈ ਦੂਜਾ ਅਨੁਸਾਰ ਕਰ ਸਕਦੇ ਹਾਂ ਭਾਣਾ ਜਾਂ ਹੁਕਮ ਕਹਿ ਦਿੰਦੇ। ਕਾਕਾ ਤੁਸੀਂ ਮੇਰੇ ਕੋਲ ਬਹੁਤ ਵੱਡੇ ਵੱਡੇ ਸਵਾਲ ਪੁੱਛੀ ਜਾਂਦੇ, ਮੈਨੂੰ ਆਉਂਦਾ ਕੱਖ ਵੀ ਨਹੀਂ ਗਾ। ਭਾਣੇ ਵਿੱਚ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਭਾਣੇ ਵਿੱਚ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹੁਣ ਉਹਦਾ ਭਾਣਾ ਆਪਣਾ ਭਾਣਾ ਆਪੇ ਮਨਾਉਂਦਾ, ਪਰ ਇੱਦਾਂ ਵੀ ਕਦੇ ਕਦੇ ਹਰ ਮਨੁੱਖ ਨੂੰ ਤਕਲੀਫ ਹੁੰਦੀ ਹੈ, ਦੁੱਖ ਆਉਂਦਾ, ਅਤੇ ਉੱਥੇ ਉਹਦਾ ਭਾਣਾ ਮੰਨਣ ਦਾ ਇੱਕ ਕਿਸਮ ਦਾ ਟੈਸਟ ਹੁੰਦਾ ਕਿ ਇਹ ਕੀ ਮੇਰੇ ਉਸ ਭਾਣੇ ਨੂੰ ਮੰਨ ਸਕਦਾ ਕਿ ਨਹੀਂ ਮੰਨ ਸਕਦਾ। ਹੁਣ ਇੱਕ ਬੰਦੇ ਨੂੰ ਇੰਝ ਲੱਗਦਾ ਕਿ ਮੈਂ ਮਰ ਜਾਣਾ, ਮੇਰੀ ਮੌਤ ਸਿਰ 'ਤੇ ਆ ਗਈ ਹੈ, ਅਤੇ ਜੇ ਮੇਰੀ ਮੌਤ ਸਿਰ 'ਤੇ ਆ ਗਈ ਹੈ ਤਾਂ ਮੈਂ ਹੁਣ ਕੀ ਕਰਾਂ। ਕੋਈ ਦੂਸਰਾ ਬੰਦਾ ਆਣ ਕੇ ਕਹਿੰਦਾ ਉਹ ਹੋ ਲੈ ਆਹ ਤਾਂ ਗੱਲ ਇੱਦਾਂ ਹੋ ਸਕਦੀ ਆ, ਫਲਾਣੇ ਥਾਂ ਚੱਲੀਏ ਟਲ ਜੂਗੀ। ਇਹਦਾ ਮਤਲਬ ਗੁਰਮਤ ਤੋਂ ਤੋੜਨ ਵਾਸਤੇ ਤੁਹਾਨੂੰ ਇਹੋ ਜਿਹੀਆਂ ਅਟਕਲ ਪੱਚੂ ਲੋਕ ਲਾਉਣਗੇ। ਜੇ ਤਾਂ ਤੁਸੀਂ ਉਹਦੇ ਨਾਲ ਤੁਰ ਪਏ ਤਾਂ ਦਾ ਮਤਲਬ ਤੁਸੀਂ ਗੁਰਸਿੱਖ ਨਹੀਂ ਹੈਗੇ। ਤੁਸੀਂ ਸਿਰਫ ਆਪਣੀ ਤਕਲੀਫ ਨੂੰ ਸਾਹਮਣੇ ਰੱਖਿਆ, ਸਤਿਗੁਰ ਦੇ ਭਾਣੇ ਨੂੰ ਨਹੀਂ ਅੱਗੇ ਰੱਖਿਆ। ਅਤੇ ਜੇ ਸਤਿਗੁਰ ਦੇ ਭਾਣੇ ਵਿੱਚ ਆ ਕੇ ਆਖੋਗੇ ਉਹਨੂੰ ਭਾਈ ਫਰੀਦਾ ਬਾਰ ਪਰਾਏ ਵੈਸਣਾ ਸਾਈਂ ਮੁਝ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ ਸੱਚੇ ਪਾਤਸ਼ਾਹ, ਜੇ ਤੂੰ ਮੈਨੂੰ ਇੱਦਾਂ ਰੱਖਣਾ ਤਾਂ ਮੇਰਾ ਭਾਵੇਂ ਫਿਰ ਜਾਨ ਕੱਢ ਲਾ, ਮੈਨੂੰ ਕੀ ਹੋਣ ਲੱਗਾ। ਜੇ ਤੂੰ ਮੇਰੀ ਜਾਨ ਵੀ ਕੱਢ ਕੇ ਲੈ ਜਾਏਗਾ ਤਾਂ ਫਿਰ ਕੀ ਆ, ਤੂੰ ਆਪਣੇ ਦਰਵਾਜ਼ੇ ਤੋਂ ਤਾਂ ਨਾ ਪਰੇ ਕਰੇਗਾ, ਤਾਂ ਮੇਰੀ ਕਿਰਪਾ ਕਰਕੇ ਇੱਥੇ ਹੀ ਰਹਿਣ ਦੇ। ਫਿਰ ਉਹ ਕਹੂਗਾ ਵੀ ਸੱਚੇ ਪਾਤਸ਼ਾਹ ਤੂੰ ਬਖਸ਼ਿਸ਼ ਕੀਤੀ ਹੈ, ਮਨੁੱਖਾ ਜਨਮ ਦਿੱਤਾ ਹੈ, ਇਹ ਕਲਗੀਆਂ ਵਾਲੇ ਪਾਤਸ਼ਾਹ ਤੂੰ ਅੰਮ੍ਰਿਤ ਵੀ ਦਿੱਤਾ ਹੈ, ਹੈਂ ਅਤੇ ਮੈਨੂੰ ਪੰਜਾਂ ਪਿਆਰਿਆਂ ਕੋਲੋਂ ਅਸੀਸ ਵੀ ਦਿੱਤੀ ਹੈ, ਅਤੇ ਹੁਣ ਮੇਰੀ ਜਾਨ ਕੱਢਣੀ ਹੈ ਅਤੇ ਕਲੇਜਾ ਕੱਢ ਕੇ ਮਰਨਾ ਹੀ ਹੈ ਨਾ। ਤੂੰ ਕਹਿ ਰਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਅਤੇ ਫਿਰ ਮੇਰੀ ਜਾਨ ਕੱਢ ਲਾ, ਮਰਨਾ ਹੀ ਨਾ ਮਰਨਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਿਣਕਾ ਤੋ ਆਓ ਹਮਾਰੇ ਪਾਸ। ਤੋ ਇਹੀ ਮਰਨਾ ਹੈ ਕਿ ਸਤਿਗੁਰ ਦੇ ਸ਼ਬਦ ਵਿੱਚ ਮਰਨਾ, ਭਾਣੇ ਵਿੱਚ ਰਹਿਣਾ, ਦੁੱਖ ਅਤੇ ਸੁੱਖ ਨੂੰ ਇੱਕ ਕਰਕੇ ਸਮਝਣਾ, ਦੁੱਖ ਵਿੱਚ ਦੁੱਖ ਨਹੀਂ ਮਨਾਉਣਾ ਅਤੇ ਸੁੱਖ ਵਿੱਚ ਬਹੁਤਾ ਭੁੜਕਣਾ ਨਹੀਂ। ਹਾਂਜੀ,
ਦੁੱਖ ਆ ਜਾਵੇ ਤਾਂ ਦੁਖੀ ਨੇ ਹੋਣਾ, ਸੁੱਖ ਆ ਜਾਵੇ ਤਾਂ ਬਹੁਤਾ ਖੁਸ਼ੀ ਨੇ ਹੋਣਾ, ਜੇ ਕੋਈ ਖੁਸ਼ੀ ਦਾ ਸਮਾਂ ਆ ਗਿਆ ਤਾਂ ਬੜਾ ਨੱਚਣਾ ਨਹੀਂ, ਸੇਵਕ ਹੋਏ ਸੰਜੀਤ ਨਾ ਹੱਸਣ ਰੋਣਾ, ਮੁਰਦਾ ਹੋਏ ਮਰੀਤ ਨਾ ਗੱਲੀ ਹੋਣਾ। ਉਹ ਆਪਣਾ ਭਾਣਾ ਆਪੇ ਮਨਾਏ ਜਿਸ ਨੂੰ ਹੋਏ ਦਿਆਲਾ, ਜਿਹਦੇ 'ਤੇ ਕਿਰਪਾ ਕਰ ਦੂ ਉਹਨੂੰ ਆਪੇ ਸਮਝ ਦੇ ਦੂਗਾ ਅਤੇ ਭਾਣਾ ਮਨਾ ਲੂਗਾ। ਉਹਨੂੰ ਪਤਾ ਵੀ ਲੱਗ ਜੂ ਵੀ ਇਹ ਹੁਣ ਮੇਰੇ ਭਾਣੇ ਵਿੱਚ ਸੱਚੇ ਪਾਤਸ਼ਾਹ ਨੇ ਮੇਰੇ ਕੋਲ ਆ ਕਰਵਾਉਣਾ, ਜਾਂ ਮੈਨੂੰ ਆਰਡਰ ਹੋਇਆ ਜਾਂ ਮੈਨੂੰ ਸੇਵਾ ਲੱਗੀ ਹੈ ਅਤੇ ਕਰਵਾ ਲਏਗਾ, ਕਿਰਪਾ ਕਰ ਦੇਗਾ। ਹੋਰ ਨਾ ਅਸੀਂ ਮੰਨ ਸਕਦੇ ਹਾਂ ਅਤੇ ਨਾ ਹੀ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ। ਉਹ ਆਪਣਾ ਭਾਣਾ ਆਪੇ ਮਨਾਏ ਜਿਸ ਨੂੰ ਹੋਏ ਦਿਆਲਾ, ਜਿਹਦੇ 'ਤੇ ਕਿਰਪਾ ਕਰ ਦੇਵੇ, ਮੇਰੇ 'ਤੇ ਕਰ ਦੇਵੇ, ਤੇਰੇ 'ਤੇ ਕਰ ਦੇਵੇ, ਕਿਸੇ ਬੀਬੀ 'ਤੇ ਕਰ ਦੇਵੇ, ਕਿਸੇ ਭਚੰਗੀ 'ਤੇ ਕਰ ਦੇਵੇ, ਉਹਨੂੰ ਜਾਚ ਆ ਜਾਂਦੀ ਹੈ ਵੀ ਭਾਣਾ ਮੈਂ ਮਨਾਉਣ ਦਾ ਮੈਨੂੰ ਸੱਚੇ ਪਾਤਸ਼ਾਹ ਨੇ ਢੰਗ ਦੇ ਦਿੱਤਾ, ਦੇਵੇਗਾ ਉਹ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। My voice won't be in the recording, it'll just be your voice. So first I just want to ask you about Baisal had a great jivan, but what kind of youth of today, what kind of youth of today just learn about his life, and just want you to explain a bit about in the context of today, what can we take from his life? And how long do you want each question's answer to be? Just about 4 or 5 minutes. So Bhai Sarvanti Singh's life is inspirational on several levels. The first, that even though he reached such a high spiritual state, he never wanted to be called anything more than Bhai Sarv. And the second is his life story in general. The first, for me, which was most inspirational, was that he was a student, and he wasn't necessarily the most religious when he was in school, but when he got that taste of Gursikhi, through those Bothiyan, through Japji Sahib and Nehra Sahib, it changed his life forever. And that quest that he went through, Gursikhi wasn't something that came easily to him, not because of his family, not because of the environment around him, but he went to get it. And that experience of finding Gursikhi, of then questioning what is Naam, going through many of the questions that some of us face in our lives, and then getting that kippah. For me, the most inspirational part was how realization of Vaheguru is an actual experience, something that he has actually provided the panth, saying that this is how it's possible. Beyond that, he wasn't a solely religious figure. He was a panthic figure, that he didn't retreat into a pura, he didn't retreat away from the panth. He engaged with the panth. When the panth needed his qurbani for the Rukab Gan Sab wall, they came to him and he volunteered his services. When Punjab needed him to free all of his people from British rule, he worked with other Sikhs, he worked with non-Sikhs to free Punjab of British rule. And then while he was in prison, of course, there's so many struggles, not just for himself, but for sometimes other prisoners that he saw. Then obviously afterwards, his release and the Sangat that he inspired around him. So for all those reasons, he's a multifaceted person that I think not just youth, but anyone can get inspiration from.
What can we learn about his spiritual achievements and how can gurusikhs benefit from this today? So all of us that Shak Amrit, I think one of the biggest things that we're looking for is to experience Nam, to experience Vaheguru. And that doesn't necessarily come easily to many of us. Baisal's experience of confusion when he came from the Amritsanchat and not achieving Vaheguru at that Amritsanchat. He had a spiritual experience, of course, there, but it wasn't what he had expected. It relates to some, to what some of us have experienced as well. And what we really need is inspiration, that this isn't an abstract concept. Realization of Vaheguru isn't something that's completely up in the air. It's something that people have actually experienced. So when we read Pai Sahib's own book, when we read the experiences of Rangle Sajjan in that book, we realize it's a concrete experience. It's not abstract. It's something that has actually happened. So that's why I think Pai Sahib's Jeevan is so important. Okay. Can you explain, Baisab says that he did continuous japa of Gurbani but did not know of Nam. However, he's also stated that Nam emanates from Gurbani. Could you just clarify that, is Nam a separate entity to Gurbani or are they the same? So the question of whether Nam and Barney are the same is something that Gursikhs, I think, would be able to best explore. I am just a lone person, but my understanding from other Gursikhs is that Nam pervades through Barney. That if someone reads Barney, it's completely drenched in Nam. But getting Guru Mantra, getting Nam from the Panch Pyare is absolutely essential. So Nam and Barney are linked. There is a very strong linkage between the two, and Barney is filled with Nam, and Nam inspires us to read Barney, and Barney inspires us to jap Nam. But there is a distinction between the two. Could you explain Baisab's role in the Gurdwara Sudhar Lahar movement, and just put it into today's context, like what Baisab did then, and how is it important for Rathwan Gurusikhs today to sort the Gurdwara system out, because it's a bit up in the air. So Pai Sahib, when he used to visit Gurdwara, he used to see that the management, the control of the Gurdwara wasn't according to the standards of the Panth, it wasn't according to Gurmat. When he visited Chamkaur Sahib, in Rangle Sajjan we read the inspirational story of how a Sikh Bibi from that Jatha, in fact, led the charge on getting those corrupt individuals away from the management of the Gurdwara. But the fact that he didn't passively let things happen, he was very active in saying this is Gurmat, and he was very passionate about mobilizing other Gursikhs to do something about the situation, which is not unlike some things that we are seeing happening to our Gurdwara today. There are a lot of concerns about the management of Gurdwara. I don't think the situation is nearly as bad as it was in Baisab's time, but it shows that he didn't take himself away from Panthic matters, that they mattered to him very dearly, and he was willing to lead the charge. But I think that power came from the Nam Barney Abhyas that he had, that Nam and Barney didn't cause him to
retreat, it caused him to engage. We also need to explain the Singh Sabha movement, because it's often criticized today, and we just want to talk about, because people say that they they criticize them for making things British and stuff, but you know, if people didn't engage at that time, then we would have been in quite a lot of trouble today, because Sikhi would have been diluted quite a bit. So just need you to explain about that. Criticisms of the Singh Sabha movement are misplaced. I think they're often misguided. At the time, Christian missionaries were very active. Hindu organizations were engaged in the Shuddhi movement, which saw so-called low-caste Sikhs being converted en masse. There were examples of Sikhs having their hair cut in public ceremonies, and that uncut hair being used as ropes, being sold as ropes. So the Singh Sabha movement rose as a reaction to that. Now, of course, there was the Lahore Singh Sabha and there was the Amritsar Singh Sabha, which both had, at the end, very different ideologies. But briefly speaking, the Singh Sabha Lahad inspired the Panth to go back to its roots, to embrace its Khalsa identity, and to purge itself of cultural influences, as well as the influences of other faiths. The Sikhi that we see before us today, now we still have many significant problems, but it would be still polluted by things like idol worship, by untouchability, things like disrespect of women, to a much higher scale, had the Singh Sabha movement not come forward to reclaim our original traditions, to reclaim our Gurdwara. So the Singh Sabha that had, for whatever shortcomings it may have had, was absolutely essential to preserving our identity. Can you explain about the Lahore conspiracy and how Paisa was declared the hero of the case? So, interestingly enough, the Ghadar Lahar that we are celebrating the 100 years of in 1914 to 2014, it started abroad. What you see often is that people who are living under slavery, who are living under oppressive rule, don't know what freedom is, and often they don't know how to react to that oppression. But when these Sikhs came abroad, came to the West, they saw that what they were going through in India, and because of what they'd gone through in India, attitudes towards them in the West, was something that had to change. You saw people like Kartar Singh Sarapa and many others who led a movement of raising awareness. And not just raising awareness, they decided to travel to India. Now sadly, the Ghadar movement was not successful in raising a revolution because popular support at that time did not exist. People were not understanding the oppression they were living under. So it was perhaps a movement that was before its time. But what's most notable is that Paisa Ranjit Singh, he appreciated the importance of freedom. He appreciated the importance of living as independent and free citizens in our own country. And
he supported the Ghadar Lahar. He got involved with it full-fledged. And the Singhs with him, he inspired them as well to become a part of that Lahar. The fact that it was not successful is Guru Sahib's parna, but he in court took the opportunity to defend his actions, and he never recanted, he never stepped back from the fact that this was something that deserved his support, and he never regretted having done it, even though as a result he had to spend 15 to 16 years in prison in very harsh circumstances. And the next question is, Baisal was starved for 40 days in prison, and he was firm on keeping Sarbu Vivek. And as a Sarbu Vivek yourself, can you just explain the kind of benefits of Sarbu and just his, like, Baisal's struggle in that time? Baisal Ranti Singh, in the harshest conditions, in the darkest of cells, still insisted on maintaining Sarbu Vivek as Guru Gobind Singh Ji's dad. He took that not as an optional dad, but as a hukum that he would continue to keep no matter what happened. As a result, he spent 40 days without food or water, which is an inspirational to all of us, that if he could still cling to that dad, to adhere to that dad despite those harsh conditions, then what excuse do we have not to keep it? So, from reading that book, it was the first time I understood what Sarblo Rehat was. With Guru Sahib's Kirpa, I've done Sangat with other Gursikhs who have kept Sarblo Bibek. And the effect of eating in Sarblo, of keeping Bibek in my life, has been very significant. If my life is taking a certain direction, is having a certain success at this point, I don't think that's in small part due to Sarbu Vivek. Sarbu Vivek has played a major influence. But Bhai Sahib's life is an inspiration in that sense, that no matter what, he stuck to that rat as Guru Gobind Singh Ji's rat. And Gurmukh Vivek, the book that he wrote while in prison, outlines very clearly why this is something that has been passed down from Guru Gobind Singh's time, why the Khalsa Panth one day will have to recognize this rat for what it is, which is very essential. This is a good one. You should six minutes. Okay. Well, this is after this question we continue, because I can edit this bit out anyway. When Baisal was kept in solitary confinement, he was visited by a Christian missionary. Can you just explain this episode for us? So Baisal had been kept in solitary cells, and those cells were so hard, so difficult to live in, that prisoners couldn't spend even a few hours there, let alone a night. And Bhai Sahib had been kept there non-stop for quite a long time. And the Christian padre who was there to see prison conditions, he wanted to know, briefly I'll tell you the story, he wanted to know what it's like to be in such a situation. He'd asked, you know, who lives here? And Bhai Ranti Singh was obviously the only prisoner. And seeing that situation, he said, can I also spend time in that prison cell? And what they'd done was, they said, first they wanted him not to do that, they dissuaded him.
But then they gave him a bell to ring if he needed anything. And he was only to spend a few hours there, but only after a few minutes he began to ring the bell very vigorously. And he asked Bhai Sahib, you know, how can you possibly live here? And Bhai Sahib beforehand had actually said, Gur mere sang sada hai naal. He'd sung the shabd. And obviously this Christian missionary was impressed by that. But he replied to Bhai Sahib, my prophet doesn't stay with me the same way your guru stays with you. And he asked Bhai Sahib to sing that shabd again. So Bhai Sahib Rinti Singh felt the presence of the guru with him at all hours. He felt the guru with him in a true sense. And that's something that Sikhi is all about, to feel the guru with us at all times. So if he could do it in the darkest of prisons, then we should be inspired to do it in our very comfy lives.